आ गर्मी तो उन्हीं खून चलता हूं वा बहुता बार मत ना हो ट्रैक्टर दिता जाना मित्रों ट्रैक्टर अज सत श्रीकाल दोस्तों मैं तुहाडा अपना जुझार आनंदपुर जिमें कि मालवा टीमी दी टीम दे जरिए तुसीं वक्खो वक्ख खेडां दे विच वक्खो वक्ख खेडां देखदे रहे सो जिमें कि बैल गड्डियां दे दौड़ा हो गईआं जां घोड़ियां दी दौड़ा हो गईआं जां कुत्तियां दी दौड़ा हो गईआं जां कबूतरबाजी दे मुकाबले किते कबड्डी दे मुकाबले सो इदां ही चल रहे शौंकां दी लड़ी दे अनुसार थोनों रूबरू कराउंदे आ रही है जी मालवा टीमी दी टीम पुराने शिकारी पुराने खिडारी उहनां दे तजर्बे उहनां दे जो कि सारे अपना सफ़र जिंदगी दा जिवें उन्होंने कट्टिया सीजनां दे विच ते वक्खो वक्ख टूरनामेंट विच माण सत्कार मिले सो इदां ही गल करांगे जी अज बैल गड्डियां दी गल करन तों पहलां तुहानूं जरूर दस दिए भी एक बैल गड्डियां दी खेड होण तों शुरू होण दा मकसद हुंदा है सो उहदे टाइम कीपरिंग देखणा उसदा सारा जो लेखा जोखा करना एक एक सैकंड दा सारे गऊ दे जां दे जानवरां दा टाइम कीपरिंग करनी जां सारी ऑडियंस नूं उस सचेत करना किवें खेडां भजणियां किवें सारे रूल रेगुलेशन से इदां ही माण प्राप्त होया जी अज साडी मालवा टीवी दी टीम पहुँची है जी पिंड गुजरवाल जिवें कि आम तौर ते तुसीं खेडां दे विच देखदे हो साडे मास्टर जी बिक्की गरेवाल असीं उहनां दे ग्रह विखे पहुँचे हाँ सो गल्लां बातां करांगे जी मास्टर जी दे नाल सो किवें उहनां ने अपना दौर शुरू करिया सो बैल गड्डियां दे खेडां दे नाल किवें उहनां दा सफ़र अज तक दा चल रिहा सो जरूर गल्लां बातां सांझियां करांगे जी सत श्री अकाल मास्टर जी सत श्री अकाल जी पहलां तां सारिआं दा मालवा टीवी दा बहुत बहुत धन्नवाद ते देखण वाले जिन्हां ने खेडां नूं इन्ना वड्डा प्रेम दित्ता चाहे कबड्डी आ चाहे बैल गड्डियां चाहे शिकारी कुत्तिआं वाले वीर आ सारिआं नूं मेरे वल्लों यानी तुहाडा छोटा वीर विक्की गरेवाल गुजर वल्लों सब नूं प्यार भरी सत श्री अकाल जी मालवा टीवी नूं बहुत बहुत धन्नवाद भी आ ते उत्साहित करन लई इन्हां ने खेडां दे जरिए अपने कैमरे दे जरिए वधिया तरीके नाल लोकां नूं खेडां दिखाईआं ने एक 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 मूवमेंट खेड दा जो अंग आ ਉਹ ਇਹਨਾਂ ਨੇ ਆਪਣੇ ਟੀ ਵੀ ਰਾਹੀਂ ਦਿਖਾਇਆ ਵਾ ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਹ ਹੋਰ ਉਪਰਾਲਾ ਕਰ ਰਹੇ ਆ ਵੱਖ ਵੱਖ ਖਿਡਾਰੀਆਂ ਨੂੰ ਕਬੱਡੀ ਦਿਆਂ ਨੂੰ ਬੈਲ ਗੱਡੀਆਂ ਵਾਲਿਆਂ ਨੂੰ ਸ਼ਿਕਾਰੀ ਕੁੱਤੇ ਵਾਲਿਆਂ ਨੂੰ ਸਭ ਨੂੰ ਮਿਲਾ ਰਹੇ ਆ ਬਹੁਤ ਧੰਨਵਾਦ ਸਾਰੇ ਜਯਾਰ ਜੀ ਤੁਹਾਡਾ ਵੀ ਬਹੁਤ ਧੰਨਵਾਦ ਧੰਨਵਾਦ ਮਾਸਟਰ ਜੀ ਹਾਂਜੀ ਮਾਸਟਰ ਜੀ ਇੱਕ ਸਾਨੂੰ ਇਹ ਵੀ ਜ਼ਰੂਰ ਦੱਸੋ ਜੀ ਸਾਰੇ ਦਰਸ਼ਕਾਂ ਨੂੰ ਵੀ ਤੁਸੀਂ ਜਿਹੜਾ ਇਹ ਆਪਣਾ ਟਾਈਮ ਕੀਪਰਿੰਗ ਦਾ ਜਿਹੜਾ ਸਮਾਂ ਦੇਖਣ ਦਾ ਸੀਗਾ ਜੀ ਤੁਹਾਡਾ ਸਫ਼ਰ ਸੀ ਅਤੇ ਇਹ ਆਪਾਂ ਨੇ ਕਦੋਂ ਤੋਂ ਸਟਾਰਟ ਕੀਤਾ ਅਤੇ ਸਭ ਤੋਂ ਪਹਿਲਾਂ ਕਿੱਥੇ ਤੋਂ ਤੁਸੀਂ ਇਹ ਚੀਜ਼ ਸਿੱਖੀ ਹੈ ਜੀ ਇਹ ਸਾਰੇ ਆਪਣੇ ਬੈਲ ਗੱਡੀਆਂ ਦੇ ਜਦੋਂ ਇਹ ਲਾਈਨ ਦੇ ਵਿੱਚ ਆਏ ਇਹ ਜ਼ਰੂਰ ਸਾਨੂੰ ਸਾਰੇ ਦਰਸ਼ਕਾਂ ਨੂੰ ਦੱਸੋ ਜੀ ਜਯਾਰ ਜੀ ਇਹ ਬੈਲ ਗੱਡੀਆਂ ਦਾ ਜੋ ਸ਼ੌਂਕ ਆ ਬਚਪਨ ਦੇ ਵਿੱਚ ਹੀ ਮੈਨੂੰ ਪਸ਼ੂਆਂ ਨਾਲ ਬਹੁਤ ਪਿਆਰ ਸੀ ਸਾਡੀ ਫੈਮਿਲੀ ਦੇ ਵਿੱਚ ਕੋਈ ਥੋੜ੍ਹੇ ਜਿਹੇ ਦੋ ਚਾਰ ਮੱਝਾਂ ਰੱਖੀਆਂ ਹੁੰਦੀਆਂ ਸੀ ਇੱਕ ਦੋ ਗਾਵਾਂ ਕਿਉਂਕਿ ਸਾਡੇ ਖਾਨਦਾਨ ਦੇ ਵਿੱਚ ਨਾ ਮੇਰੇ ਦਾਦਾ ਜੀ ਹਾਂਜੀ ਉਹ ਮਾਰਕੀਟ ਕਮੇਟੀ ਅਹਿਮਦਗੜ੍ਹ ਸੈਕਟਰੀ ਰਹੇ ਨੇ ਪ੍ਰਤਾਪ ਸਿੰਘ ਕੈਰੋਂ ਨੇ ਠੀਕ ਹੈ ਪਹਿਲੀ ਵਾਰੀ ਉਹਨਾਂ ਨੂੰ ਮਾਰਕੀਟ ਕਮੇਟੀ ਬਣਾਈ ਅਤੇ ਉਹਦਾ ਸੈਕਟਰੀ ਲਾਇਆ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਇੰਸਪੈਕਟਰ ਰਹੇ ਠੀਕ ਹੈ ਜੀ ਸਾਡੇ ਖਾਨਦਾਨ ਦੇ ਵਿੱਚ ਮੇਰੀ ਭੂਆ ਜੀ ਮੇਰੇ ਮਾਮੇ ਮੇਰੇ ਮਾਸੜ ਕੋਈ ਵੀ ਇਸ ਲਾਈਨ ਦੇ ਵਿੱਚ ਨਹੀਂ ਸੀ ਸਾਰੇ ਟੀਚਿੰਗ ਲਾਈਨ ਅਤੇ ਸਰਕਾਰੀ ਜੋਬ 'ਤੇ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਨੇ ਠੀਕ ਹੈ ਜੀ ਮੈਨੂੰ ਪਸ਼ੂਆਂ ਦਾ ਸ਼ੌਂਕ ਸੀ ਪੜ੍ਹਾਈ ਦਾ ਵੀ ਸ਼ੌਂਕ ਸੀ ਪਰ ਪੜ੍ਹਾਈ ਦੇ ਨਾਲ ਨਾਲ ਬਚਪਨ ਦੇ ਵਿੱਚ ਹੀ ਸਾਡੇ ਪਿੰਡ ਪੁਰਾਣੇ ਬੰਦੇ ਸੀ ਸਰਦਾਰ ਤੇਜਾ ਸਿੰਘ ਜੀ ਗੁੱਜਰਵਾਲ ਉਹ ਬੈਲ ਗੱਡੀਆਂ ਭਜਾਉਂਦੇ ਸੀਗੇ ਠੀਕ ਹੈ ਮਾਸਟਰ ਬਲਜੀਤ ਸਿੰਘ ਹੋਣੀ ਇਸੇ ਤਰ੍ਹਾਂ ਹੋਰ ਕਾਫੀ ਕਿਉਂਕਿ ਜੇ ਗੱਲ ਕਰੀਏ ਵੀ ਗੱਡੀਆਂ ਦਾ ਬੈਲ ਗੱਡੀਆਂ ਦਾ ਪਿੰਡ ਟੂਰਨਾਮੈਂਟ ਹੁੰਦਾ ਸੀ ਠੀਕ ਹੈ ਜੀ ਉਹ ਵੱਡਾ ਸ਼ੌਂਕ ਸੀ ਮੈਂ ਬਚਪਨ ਦੇ ਵਿੱਚ ਹੀ ਤਕਰੀਬਨ ਸੱਤਵੀਂ ਅੱਠਵੀਂ ਕਲਾਸ 'ਚ ਹੀ ਮੈਨੂੰ ਵੈਸੇ ਹੀ ਘਰਦਿਆਂ ਨੇ ਇੱਕ ਬੈਲ ਬੱਛਾ ਪੱਠੇ ਲਿਆਉਣ ਨੂੰ ਨੇੜੇ ਸਾਡੇ ਖੇਤ ਸੀਗੇ ਉੱਥੋਂ ਪੱਠੇ ਲਿਆਉਣ ਨੂੰ ਰੇੜੇ ਜੋੜਨ ਨੂੰ
ਛੋਟੀਆਂ ਰੇੜੀਆਂ ਹੁੰਦੀਆਂ ਸੀ ਹੱਥ ਗੱਡੀਆਂ ਰੇੜੇ ਵੀ ਬਾਅਦ 'ਚ ਆਏ ਨੇ ਉਸ ਵੇਲੇ ਉਹਨਾਂ ਨੇ ਲੈਤਾ ਉਹ ਸਾਡੇ ਪੱਠੇ ਲਿਆਉਣੇ ਪਿੰਡ ਸਰਦਾਰ ਦਰਸ਼ਨ ਸਿੰਘ ਹੋਣੀ ਸੀਗੇ ਉਹਨਾਂ ਨੇ ਬਹੁਤ ਉਦੋਂ ਕੀਮਤੀ ਬਲਦ ਖਰੀਦਿਆ ਸੀ ਤਕਰੀਬਨ ਮੈਂ 7ਵੀਂ ਕਲਾਸ ਸੀ ਮੇਰਾ 75 ਦਾ ਡੇਟ ਆਫ ਬਰਥ ਆ ਅਤੇ 7ਵੀਂ ਕਲਾਸ ਸੀਗਾ ਮੈਂ ਅਤੇ ਉਸ ਉਹਨਾਂ ਨੇ ਬੈਲ ਉਹ ਖੇਡਾਂ 'ਤੇ ਜਾ ਕੇ ਭਾਜਦਾ ਨਹੀਂ ਸੀ ਮੈਨੂੰ ਸ਼ੌਂਕ ਸੀ ਦੇਖਣ ਦਾ ਪਿੰਡ ਅਸੀਂ ਜਦੋਂ ਜਾਂਦੇ ਸੀਗੇ ਠੀਕ ਹੈ ਜੀ ਅਤੇ ਦੇਖਣ ਦੇ ਸ਼ੌਂਕ ਨਾਲ ਉਹਨਾਂ ਨੇ ਕਿਹਾ ਵੀ ਤੁਸੀਂ ਬਲਦ ਵੀ ਇਹ ਜੋੜਦੇ ਆ ਰੇੜੇ ਨੂੰ ਵੀ ਇਹਦੇ ਨਾਲ ਵੈਸੇ ਹੀ ਆਪਾਂ ਸਾਦਾ ਗੇੜਾ ਦੇ ਲੈਂਦੇ ਹਾਂ ਠੀਕ ਹੈ ਜੀ ਉਹਨਾਂ ਨੇ ਅਸੀਂ ਜਾ ਕੇ ਬੈਲ ਪਿੰਡ ਗੇੜਾ ਦਿੱਤਾ ਮੈਨੂੰ ਜੋੜਨਾ ਵੀ ਕੁਛ ਨਹੀਂ ਆਉਂਦਾ ਸੀਗਾ ਠੀਕ ਹੈ ਅਤੇ ਫਾਦਰ ਦੇ ਆਉਣ ਤੋਂ ਪਹਿਲਾਂ ਮੈਂ ਬਲਦ ਘਰੇ ਲੈ ਆਉਂਦਾ ਸੀ ਵੀ ਪਤਾ ਨਾ ਲੱਗੇ ਵੀ ਮੁੰਡਾ ਬਲਦ ਭਜਾਉਂਦਾ ਵਾ ਕਿਉਂਕਿ ਕੋਈ ਸ਼ੌਂਕ ਸੀ ਬਸ ਇਹ ਚੀਜ਼ ਦਾ ਆਪਾਂ ਨੂੰ ਹਾਂਜੀ ਜੀ ਯਾਰ ਜੀ ਸ਼ੌਂਕ ਸੀ ਉਹ ਠੀਕ ਹੈ ਅਤੇ ਉਹ ਸ਼ੌਂਕ ਦੇ ਨਾਲ ਉਹ ਟੂਰਨਾਮੈਂਟ 'ਤੇ ਚਲੇ ਗਏ ਬਈ ਟੂਰਨਾਮੈਂਟ ਜਾਣਾ ਮੈਂ ਸਕੂਲੋਂ ਬੰਕ ਮਾਰ ਕੇ ਉਹਨਾਂ ਦੇ ਨਾਲ ਚਲੇ ਗਿਆ ਆਪਣਾ ਬੱਚਾ ਵੀ ਉਹਨਾਂ ਨੂੰ ਚੜ੍ਹਾਤਾ ਉਹਨਾਂ ਨੇ ਆਪਣੀ ਗੱਡੀ 'ਚ ਲੈ ਗਏ ਠੀਕ ਹੈ ਅਤੇ ਉਦੋਂ ਬਾਅਦ ਜਾ ਕੇ ਅਸੀਂ ਉੱਥੋਂ ਬਲਦ ਭਜਾਇਆ ਜਲਦੀ ਨਾਲ ਮੈਂ ਫਾਦਰ ਦੇ ਆਉਣ ਤੋਂ ਸ਼ਾਮ ਨੂੰ ਤਕਰੀਬਨ 6 ਵਜੇ ਘਰੇ ਆਉਂਦੇ ਸੀ ਉਹ ਠੀਕ ਹੈ ਉਦੋਂ ਪਹਿਲਾਂ ਹੀ ਮੈਂ ਘਰੇ ਆ ਗਿਆ ਠੀਕ ਅਤੇ ਉਹ ਸ਼ਾਮ ਨੂੰ ਉਹ ਪਰਿਵਾਰ ਘਰੇ ਇਨਾਮ ਦੇਣ ਆ ਗਿਆ ਵੀ ਆਪਣਾ ਬੈਲ ਪਹਿਲੀ ਵਾਰੀ ਜੋੜਿਆ ਜਿਵੇਂ ਕਿ ਆਪਾਂ ਪਹਿਲੇ ਦਿਨ ਭਜਾਉਣ ਗਏ ਸੀ ਪਹਿਲੇ ਦਿਨ ਨੰਬਰ ਦੇ ਵਿੱਚ ਆ ਗਿਆ ਪੋਜੀਸ਼ਨ ਆ ਗਈ ਠੀਕ ਹੈ ਦਲੀਆਂ ਪਿੰਡ ਗਏ ਸੀ ਅਸੀਂ ਆਪਣੀ ਨਾਵੀ ਲਵੀ ਆ ਠੀਕ ਅਤੇ ਉੱਥੋਂ ਭਜਾ ਅਤੇ ਫਾਦਰ ਵੀ ਗੁੱਸੇ ਹੋਏ ਵੀ ਇਹ ਕਿਹੜਾ ਕੰਮ ਕਰਨ ਲੱਗ ਗਿਆ ਅਤੇ ਚਲੋ ਰਿਸ਼ਤੇਦਾਰਾਂ ਨੂੰ ਵੀ ਪੜ੍ਹਾਈ ਖਰਾਬ ਹੋਊ ਚਲੋ ਸਮਾਂ ਲੰਘਦਾ ਗਿਆ ਜੀ ਭਜਾਉਂਦੇ ਗਏ ਫਿਰ ਕਿਲਾ ਰੈਪਰ ਭਜਾਏ ਉੱਥੇ ਹੀਟਾਂ ਦੇ ਵਿੱਚ ਕਿਉਂਕਿ ਸਾਡੇ ਵੀ ਹੀਟਾਂ ਚੱਲਦੀਆਂ ਸੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਗੁੱਜਰਵਾਲ ਦੀ ਧਰਤੀ ਆ ਇੱਥੇ ਵੀ ਬਹੁਤ ਵਧੀਆ ਟੂਰਨਾਮੈਂਟ ਹੁੰਦਾ ਸੀ ਅਤੇ ਉਹ ਸ਼ੌਂਕ ਚੱਲਦਾ ਗਿਆ ਭਜਾਏ ਭਜਾਉਂਦੇ ਗਏ ਉਸੇ ਤਰ੍ਹਾਂ ਠੀਕ ਹੈ ਪਰ ਫਿਰ ਜੁਝਾਰ ਜੀ ਵੱਡੇ ਹੋ ਗਏ ਜਦੋਂ 11ਵੀਂ 12ਵੀਂ 'ਚ ਮੈਂ ਲੁਧਿਆਣੇ ਪੜ੍ਹਨ ਲੱਗਿਆ ਜ਼ਰੂਰ ਇਹ ਸ਼ੌਂਕ ਰੁਕ ਗਿਆ ਠੀਕ ਹੈ ਜੀ ਸ਼ੌਂਕ ਰੁਕਿਆ ਕਿਉਂਕਿ ਪੜ੍ਹਾਈ ਵੱਲ ਥੋੜ੍ਹਾ ਜਿਹਾ ਜਿਵੇਂ ਕਿ ਘਰਦਿਆਂ ਦਾ ਥੋੜ੍ਹਾ ਜਿਹਾ ਦਬਾਅ ਹੋ ਗਿਆ ਵੀ ਥੋੜ੍ਹਾ ਜਿਹਾ ਪਹਿਲਾਂ ਪੜ੍ਹ ਲੈਣ ਬੱਚੇ ਹਾਂਜੀ ਬਈ ਉਹ ਸ਼ੌਂਕ ਕਿਉਂਕਿ ਰਿਸ਼ਤੇਦਾਰਾਂ ਦਾ ਦਬਾਅ ਪਿਆ ਹੋਰ ਪਿਆ ਫਾਦਰ ਸਾਹਿਬ ਵੀ ਕਿਹੜੀ ਲਾਈਨ 'ਚ ਹੋਏ ਉੱਥੋਂ ਮੈਂ +2 ਮੈਂ ਲੁਧਿਆਣੇ ਤੋਂ ਕੀਤੀ ਵਿਸ਼ਕਰਮਾ ਸਕੂਲ ਤੋਂ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਮੈਂ ਜਲੰਧਰ ਸਪੋਰਟਸ ਕਾਲਜ 'ਚ ਭਰਤੀ ਹੋਇਆ ਠੀਕ ਹੈ ਜੀ ਜਲੰਧਰ ਸਪੋਰਟਸ ਕਾਲਜ 'ਚ ਮੈਂ ਉੱਥੇ ਭਰਤੀ ਹੋ ਗਿਆ ਅਤੇ ਉੱਥੇ 2-3 ਸਾਲ ਹੋਸਟਲ 'ਚ ਹੀ ਰਹੇ ਅਤੇ ਬੰਦਿਆਂ ਨਾਲ ਜਾਣ ਪਛਾਣ ਇਹ ਲਾਈਨ ਬਿਲਕੁਲ ਖੇਡਾਂ ਅਲੱਗ ਹੋ ਗਏ ਸੀਗੇ ਅਲੱਗ ਹੋ ਗਏ ਤੋਂ ਅਤੇ ਸ਼ੌਂਕ ਪਰ ਸ਼ੌਂਕ ਉੱਦਾਂ ਮਨ ਦੇ ਵਿੱਚ ਪੂਰਾ ਰਿਹਾ ਵੀ ਕਦੇ ਜਦੋਂ ਜਾਵਾਂਗੇ ਤਾਂ ਫਿਰ ਬਲਦ ਭਜਾਵਾਂਗੇ ਜ਼ਰੂਰ ਉਹ ਦਿਮਾਗ 'ਚ ਰਿਹਾ ਵੀ ਨਹੀਂ ਅਤੇ ਸੀ ਵੀ ਠੀਕ ਅਤੇ ਉਸ ਤੋਂ ਬਾਅਦ ਭਜਾਉਂਦੇ ਰਹੇ ਅਤੇ ਸਾਰੇ ਚਲੋ ਉੱਥੋਂ ਪੜ੍ਹਾਈ ਦੇ ਨਾਲ ਨਾਲ ਹੀ ਸਾਡੇ ਗੁੱਜਰਵਾਲ ਸੁਰਗਵਾਸ ਹੋ ਗਏ ਸਤਵੀਰ ਸਿੰਘ ਜੀ ਸੱਤੀ ਪੰਜਾਬ ਪੁਲਿਸ 'ਚ ਇੱਥੇ ਲੁਧਿਆਣੇ ਠੀਕ ਸੀਗੇ ਹੌਲਦਾਰ ਹਾਂਜੀ ਅਤੇ ਉਹਨਾਂ ਨੇ ਮੈਨੂੰ ਪੰਜਾਬ ਪੁਲਿਸ 'ਚ ਭਰਤੀ ਕਰਾ ਲਿਆ ਠੀਕ ਹੈ ਜੀ ਫਿਰ ਅਸੀਂ ਖੇਡਣ ਸਾਡੇ ਪਿੰਡ ਦੀ ਸਾਰੀ ਟੀਮ ਸੀ 2-3 ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਰਹੇ ਅਤੇ ਪਿਆਰ ਪਸ਼ੂਆਂ ਨਾਲ ਹੀ ਸੀ ਠੀਕ ਹਾਲਾਂਕਿ ਉੱਥੇ ਸਪੋਰਟਸਮੈਨ ਅਸੀਂ ਖੇਡਣ ਹੀ ਜਾਂਦੇ ਸੀ ਆਥਣ ਸਵੇਰ ਜਾਂ ਕਿਤੇ ਹੋਰ ਬਸ ਮਾੜਾ ਮੋਟਾ ਕਦੇ ਵਰਦੀ ਵੀ ਨਹੀਂ ਪਾਈ ਸੀਗੀ ਠੀਕ ਹੈ ਜੀ ਪਰ ਪਿਆਰ ਪਸ਼ੂਆਂ ਨਾਲ ਮੱਝਾਂ ਗਾਵਾਂ ਨਾਲ ਉਦੋਂ ਬਲਦਾਂ ਦੀ ਕੋਈ ਲੈਣ ਨਹੀਂ ਸੀਗੀ ਜਦੋਂ ਮੈਂ ਪੜ੍ਹ ਕੇ ਹਟਿਆ ਵੀ ਹਾਂ ਮੈਂ ਬਲਦ ਭਜਾਊਂਗਾ ਜਾਂ ਰੱਖੂੰਗਾ ਉਹ ਦਿਮਾਗ 'ਚੋਂ ਕੁਛ ਹਟ ਗਿਆ ਸੀ ਪਰ ਖੇਡਾਂ ਦੇਖਣ ਦਾ ਜ਼ਰੂਰ ਸ਼ੌਂਕ ਜ਼ਰੂਰ ਸੀਗਾ ਜੀ ਹਾਂਜੀ ਬਲਦਾਂ ਦਾ ਖੇਡਾਂ ਦੇਖਣ ਦਾ ਬਹੁਤ ਸ਼ੌਂਕ ਸੀਗਾ ਉਹ ਸੋ ਜਿਵੇਂ ਕਿ ਪਿੰਡ ਖੇਡਾਂ ਹੁੰਦੀਆਂ ਸੀਗੀਆਂ ਸੋ ਤੁਸੀਂ ਜਿਵੇਂ ਆਪਣੇ ਪਿੰਡ ਦੇ ਵਿੱਚ ਤੁਸੀਂ ਦੱਸਿਆ ਸੀ ਪਹਿਲਾਂ ਆਪਾਂ ਗੱਲਾਂ ਬਾਤਾਂ ਵਿੱਚ ਕਰਦੇ ਸੀਗੇ ਵੀ ਜਿਵੇਂ ਮਾਸਟਰ ਜੀ ਟਾਈਮ ਦੇਖਦੇ ਸੀ ਤੁਹਾਡੇ ਪਿੰਡ ਦੇ ਸੀਗੇ ਉਹਨਾਂ ਬਾਰੇ ਵੀ ਜ਼ਰੂਰ ਦੱਸਿਓ ਅਤੇ ਤੁਹਾਨੂੰ ਕਿਵੇਂ ਲੱਗਣ ਲੱਗੀ ਉਹਨਾਂ ਤੋਂ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰਿਓ ਜੀ ਜੁਝਾਰ ਜੀ ਜਦੋਂ ਪਿੰਡ ਸਾਡੇ ਟੂਰਨਾਮੈਂਟ ਹੁੰਦਾ ਸੀ ਅਤੇ ਮਾਸਟਰ ਬਲਜੀਤ ਸਿੰਘ ਜੀ ਪਰਮਿੰਦਰ ਸਿੰਘ ਜੀ ਚੰਨਾ ਜੀ ਇਹ ਸਾਡੇ ਸਾਰੀ ਮਾਸਟਰਾਂ ਦੀ ਟੀਮ ਹੁੰਦੀ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਉੱਥੋਂ ਮਾਸਟਰ ਜੀ ਕਿਉਂਕਿ ਇਹੀ ਉਦੋਂ ਸੀਗੇ ਅਤੇ ਉਸਤਾਦ ਜੀ ਸਰਦਾਰ ਬਲਵਿੰਦਰ ਸਿੰਘ ਜੀ ਜੱਗਾ ਕਿਲਾ ਰੈਪਰ ਠੀਕ ਹੈ ਕਿਉਂਕਿ ਉਹਨਾਂ ਨੇ ਵੀ ਬਹੁਤ ਮੈਨੂੰ ਉਤਸ਼ਾਹਿਤ ਕੀਤਾ ਠੀਕ ਹੈ ਇਹ ਇੱਕ ਵਾਰੀ ਵੈਸੇ ਮੈਨੂੰ ਬੋਲਣ ਦਾ ਸ਼ੌਂਕ ਸੀਗਾ ਠੀਕ ਹੈ ਜੀ ਥੋੜ੍ਹਾ ਜਿਹਾ ਰਾਜਨੀਤਿਕ ਵੀ ਪਿਛੋਕੜ ਸੀ ਠੀਕ ਹੈ ਜੀ ਅਤੇ ਬੋਲਣ ਦਾ ਮੈਨੂੰ ਸ਼ੌਂਕ ਸੀਗਾ ਠੀਕ ਹੈ ਅਤੇ ਬੋਲਣ ਦੇ ਸ਼ੌਂਕ ਨਾਲ ਹੀ ਪਿੰਡ ਖੇਡਾਂ ਹੋ ਰਹੀਆਂ ਸੀ ਬਲਦਾਂ ਦੀਆਂ ਅਤੇ ਵੈਸੇ ਦੇਖਣ ਬੋਲਣ ਦਾ ਸ਼ੌਂਕ ਸੀ ਸਾਡੇ ਲਵੀ ਸੀ ਬੱਬੀ ਨਾਰੰਗਵਾਲ ਅੱਜ ਉਹ ਸ਼ਿਕਾਰੀ ਕੁੱਤਿਆਂ ਦੇ ਤੁਸੀਂ ਉਹਨਾਂ ਨੂੰ ਮਿਲਦੇ ਹੀ ਹੋਵੋਗੇ ਹਾਂਜੀ ਹਾਂਜੀ ਉਹ ਕਿਤੇ ਥੋੜ੍ਹਾ ਜਿਹਾ ਲੇਟ ਹੋ ਗਏ ਅਤੇ ਮੈਨੂੰ ਕਹਿੰਦੇ ਵੀ ਮਾਸਟਰ ਬਲਜੀਤ ਸਿੰਘ ਹੋਣੀ ਜੇਈ ਸਾਹਿਬ ਬਈ ਵਿੱਕੀ ਚੱਲ ਤੂੰ ਬੋਲ ਬਲਦਾਂ ਬਾਰੇ ਅਤੇ ਉੱਥੇ ਮੈਂ ਬੋਲਣ ਲੱਗਿਆ ਤਾਂ ਉੱਥੇ ਸਾਡੇ ਪਿੰਡ ਪਿਰਥੀ ਮੈਂਬਰ ਪੰਚਾਇਤ ਵੀ ਆ ਉਹਦਾ ਸਪੁੱਤਰ ਸੀ ਤੋਤਾ
ਠੀਕ ਹੈ ਜੀ ਤੇ ਬੱਟੇ ਫੱਲੇਵਾਲ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਹਾਂਜੀ ਇਹ ਵੀ ਉਦੋਂ ਬੱਚੇ ਸੀਗੇ ਠੀਕ ਹੈ ਤੇ ਮੇਰੀ ਵੀ ਮੈਨੂੰ ਨਿਆਣੀ ਸੀ ਇਹਨਾਂ ਨੂੰ ਮੈਂ ਕੋਲੇ ਬਿਠਾ ਲਿਆ ਜਿਵੇਂ ਦੇਖਦੇ ਹੁੰਦੇ ਸੀ ਵੀ ਕਿਹਦਾ ਬੁਲਦ ਆਇਆ ਇਹ ਕੀ ਗੱਲਬਾਤ ਹੋਈ ਹਾਂਜੀ ਹਾਂਜੀ ਤੇ ਮੈਂ ਉੱਥੇ ਪਹਿਲੀ ਵਾਰੀ ਬੁਲਦਾਂ ਬਾਰੇ ਪਿੰਡ ਬੋਲਿਆ ਜੀ ਮਾਸਟਰ ਜੀ ਜਿਵੇਂ ਕਿ ਤੁਸੀਂ ਦੱਸਿਆ ਵੀ ਸਭ ਤੋਂ ਪਹਿਲਾਂ ਸ਼ੌਂਕ ਸੀਗਾ ਜੀ ਬੋਲਣ ਦਾ ਹੀ ਸ਼ੌਂਕ ਸੀਗਾ ਜਿਵੇਂ ਤੁਸੀਂ ਦੱਸਿਆ ਵੀ ਇੱਕ ਖੇਡ 'ਤੇ ਮੌਕਾ ਮਿਲਿਆ ਇੱਦਾਂ ਬੋਲਣ ਦਾ ਸੋ ਆਪਾਂ ਜਦੋਂ ਟਾਈਮ ਕੀਪਰਿੰਗ ਕੀਤੀ ਸੋ ਉਹਦੇ ਬਾਰੇ ਵੀ ਜ਼ਰੂਰ ਦੱਸੋ ਜੀ ਸਭ ਤੋਂ ਪਹਿਲਾਂ ਕਿਵੇਂ ਸਟਾਰਟਿੰਗ ਹੋਈ ਜੀ ਕਿਹੜੀ ਖੇਡ ਤੋਂ ਸਟਾਰਟਿੰਗ ਕੀਤੀ ਤੁਸੀਂ ਜੁਝਾਰ ਜੀ ਮੈਂ ਜਦੋਂ ਪਿੰਡ ਬੋਲਿਆ ਤਾਂ ਸਾਡੇ ਗਵਾਂਢੀ ਨਗਰ ਆ ਟੂਸਾ ਪਿੰਡ ਹੈ ਠੀਕ ਹੈ ਜੀ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਹੋਣੀਆਂ ਸੀਗੀਆਂ ਠੀਕ ਹੈ ਜੀ ਅਤੇ ਉੱਥੇ ਮੇਰੇ ਪਿੰਡ ਦੇ ਹੀ ਮੇਰੇ ਮਿੱਤਰ ਨੇ ਗੋਗੀ ਉਹਨਾਂ ਨੂੰ ਵੀ ਬਲਦਾਂ ਦਾ ਸ਼ੌਂਕ ਆ ਠੀਕ ਹੈ ਇਹ ਦੋ ਤਿੰਨ ਮੁੰਡੇ ਇੱਕ ਮੁੰਡਾ ਸਵਰਗਵਾਸ ਹੋ ਗਿਆ ਬੱਬੀ ਠੀਕ ਹੈ ਜੀ ਮੈਂ ਖੇਤ ਦੇ ਵਿੱਚ ਸੀਗਾ ਅਤੇ ਉੱਥੇ ਟੂਸਿਆਂ ਦੇ ਮੁੰਡੇ ਸਤਨਾਮ ਹੋਣੀ ਵੀਰ ਮਿੰਟੂ ਹੋਣੀ ਪੱਪੀ ਹੋਣੀ ਠੀਕ ਹੈ ਉਹ ਆਏ ਮੈਨੂੰ ਉਦੋਂ ਇੰਨਾ ਜਾਣਦੇ ਨਹੀਂ ਸੀਗੇ ਉਹ ਕਹਿੰਦੇ ਵੀ ਅਸੀਂ ਬਲਦਾਂ ਦੀਆਂ ਖੇਡਾਂ ਕਰਾਉਣੀਆਂ ਵੀ ਤੁਸੀਂ ਉੱਥੇ ਬੋਲਣ ਲਈ ਆਉਂਗੇ ਅਤੇ ਮੈਂ ਕਿਹਾ ਵੀ ਮੈਂ ਕਦੇ ਬੋਲਿਆ ਤਾਂ ਹੈ ਨਹੀਂ ਗਾ ਪਰ ਤੁਸੀਂ ਕਹਿੰਦੇ ਮੈਂ ਜ਼ਰੂਰ ਆਊਂਗਾ ਉੱਥੇ ਮੈਂ ਬੋਲਣ ਲਈ ਗਿਆ ਅਤੇ ਉੱਥੋਂ ਬੋਲਦਾ ਬੋਲਦਾ ਅਤੇ ਲੋਕਾਂ ਨੇ ਦੇਖੀਆਂ ਖੇਡਾਂ ਉਹਨਾਂ ਨੂੰ ਪਸੰਦ ਆਇਆ ਥੋੜ੍ਹੇ ਦਿਨ ਬਾਅਦ ਹੀ ਜੁਝਾਰ ਜੀ ਮਨਸੂਰਾਂ ਪਿੰਡ ਆ ਜ਼ਰੂਰ ਜੀ ਦੁਸਹਿਰਾ ਬਹੁਤ ਵਧੀਆ ਲੱਗਦਾ ਉੱਥੇ ਹਾਂਜੀ ਜਿਵੇਂ ਕਿ ਆਪਣੇ ਦੁਸਹਿਰੇ ਦੀਆਂ ਖੇਡਾਂ ਪ੍ਰਫੁੱਲਤ ਹੋ ਜਾਂਦੀਆਂ ਨੇ ਵਧੀਆ ਜੋਧਾ ਪਿੰਡ ਦੇ ਨਾਲ ਹੀ ਠੀਕ ਹੈ ਮਨਸੂਰਾਂ ਪਿੰਡ ਆ ਉੱਥੇ ਸਾਡੇ ਪੁਰਾਣੇ ਬੰਦੇ ਨੇ ਕਰਨੈਲ ਸਿੰਘ ਜੀ ਢੈਪੀ ਠੀਕ ਹੈ ਜੀ ਉਹ ਅਤੇ ਸਰਦਾਰ ਕੇਵਲ ਸਿੰਘ ਜੀ ਮਨਸੂਰਾਂ ਠੀਕ ਹੈ ਜੀ ਉਹ ਕਰਨੈਲ ਬਾਈ ਜੀ ਢੈਪੀ ਵਾਲੇ ਮੈਨੂੰ ਮੇਰੇ ਕੋਲ ਆਏ ਵੀ ਵਿੱਕੀ ਉੱਥੇ ਮਨਸੂਰਾਂ ਇਹਨਾਂ ਨੇ ਖੇਡਾਂ ਕਰਾਉਣੀਆਂ ਨੇ ਬਲਦਾਂ ਦੀਆਂ ਠੀਕ ਹੈ ਜੀ ਵੀ ਤੂੰ ਉੱਥੇ ਚੱਲਣਾ ਵਾ ਠੀਕ ਹੈ ਜੀ ਉੱਥੇ ਜੁਝਾਰ ਜੀ ਮੈਂ ਚਲੇ ਗਿਆ ਮੈਨੂੰ ਉਹਨਾਂ ਨੇ ਬੁਲਾਇਆ ਮੈਂ ਟਰਾਲੀ 'ਚ ਖੜ ਗਿਆ ਮੈਨੂੰ ਵੀ ਉਹਨਾਂ ਨੇ ਦੋ ਘੜੀਆਂ ਫੜਾਤੀਆਂ ਠੀਕ ਹੈ ਜੀ ਸਰਦਾਰ ਜਸਵੀਰ ਸਿੰਘ ਹੋਣੀ ਸੀਗੇ ਠੀਕ ਹੈ ਅਤੇ ਸਰਦਾਰ ਇਕਬਾਲ ਸਿੰਘ ਜੀ ਅਤੇ ਸਰਦਾਰ ਹਰਦੀਪ ਸਿੰਘ ਜੀ ਉਹ ਪਿੰਡ ਦੇ ਪਤਵੰਤੇ ਸੱਜਣ ਨੇ ਠੀਕ ਹੈ ਜੀ ਪੰਚਾਇਤ 'ਚ ਵੀ ਨੇ ਅਤੇ ਕਲੱਬ ਦੇ ਪ੍ਰਧਾਨ ਵੀ ਅੱਜ ਵੀ ਹੈਗੇ ਆ ਠੀਕ ਹੈ ਉਹਨਾਂ ਨੇ ਵੀ ਮੈਨੂੰ ਦੋ ਘੜੀਆਂ ਫੜਾਤੀਆਂ ਅਤੇ ਆਪਦੇ ਕੋਲ ਵੀ ਉਹਨਾਂ ਦੇ ਘੜੀਆਂ ਸੀ ਠੀਕ ਹੈ ਜੀ ਅਤੇ ਜੁਝਾਰ ਜੀ ਬਸ ਇਹ ਤੁਸੀਂ ਇਤਫਾਕ ਸਮਝੋ ਪਹਿਲੀ ਗੱਡੀ ਭੱਜੀ ਠੀਕ ਹੈ ਜੀ ਮੈਨੂੰ ਸਮਾਂ ਲਾਉਣਾ ਨਹੀਂ ਸੀ ਆਉਂਦਾ ਵੀ ਇਹ ਕਿਵੇਂ ਲੱਗਦਾ ਵਾ ਠੀਕ ਹੈ ਜੀ ਉਹਨਾਂ ਤੋਂ ਲੱਗਿਆ ਨਹੀਂ ਤਿੰਨਾਂ ਬੰਦਿਆਂ ਤੋਂ ਠੀਕ ਹੈ ਜੀ ਉਹ ਜਦੋਂ ਗੱਡੀ ਭੱਜ ਗਈ ਕੋਈ ਆਪਣੀ ਉਦੋਂ ਮੈਨੂੰ ਪਤਾ ਨਹੀਂ ਸੀਗਾ ਇੰਨਾ ਹਾਂਜੀ ਵੀ ਕਿਵੇਂ ਆਪਾਂ ਨੇ ਜਦੋਂ ਉਧਰ ਤੋਂ ਕਹਿੰਦੇ ਆ ਵੀ ਗੱਡੀ ਆਈ ਜਾਂ ਰੁਕੀ ਮੈਨੂੰ ਕਹਿੰਦੇ ਵੀ ਦੱਸ ਬਈ ਵਿੱਕੀ ਕੀ ਸਮਾਂ ਲੱਗਿਆ ਹਾਂਜੀ ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਬੋਲੂੰਗਾ ਸਹੀ ਗੱਲ ਹੈ ਤੇ ਉਹ ਕਹਿੰਦੇ ਚੱਲ ਕੁਛ ਬੋਲਦੇ ਤੁਸੀਂ ਹਾਂਜੀ ਉਹਨਾਂ ਨੇ ਜੀ ਮੈਨੂੰ ਕਹਿੰਦੇ ਵੀ ਤੁਸੀਂ ਕੁਛ ਬੋਲ ਦਿਓ ਮੈਂ ਬੋਲਤਾ ਜੀ 23 ਸੈਕਿੰਡ 75 ਪੁਆਇੰਟ ਠੀਕ ਹੈ ਜੀ ਉਹ ਇਹੋ ਜਿਹੀ ਗੱਲ ਹੋਈ ਜੰਡੀ ਦੇ ਸਰਪੰਚ ਦੀ ਗੱਡੀ ਭੱਜੀ ਸੀ 23 ਸੈਕਿੰਡ 75 ਪੁਆਇੰਟ ਮੈਂ ਬੋਲਿਆ ਤਾਂ ਉਸ ਤੋਂ ਬਾਅਦ ਬੈਲ ਗੱਡੀਆਂ ਭੱਜਣ ਲੱਗ ਗਈਆਂ ਦੂਜੀ ਗੱਡੀ ਆਈ ਠੀਕ ਹੈ ਜੀ ਅਤੇ ਮੈਨੂੰ ਮੈਂ ਸਮਾਂ ਲਾਇਆ ਕਹਿੰਦੇ ਵੀ ਕਿੰਨਾ ਆਇਆ ਮੈਂ ਕਿਹਾ ਜੀ ਇਹਦਾ ਆਇਆ ਵਾ 26 ਸੈਕਿੰਡ ਇੰਨੇ ਪੁਆਇੰਟ ਠੀਕ ਹੈ ਜੀ ਉਹ ਕਹਿੰਦੇ ਵੀ ਠੀਕ ਆ ਬੋਲ ਤੂੰ ਜਿੰਨਾ ਤੇਰੇ ਕੋਲ ਆਇਆ ਉਦੋਂ ਤੋਂ ਸਟਾਰਟਿੰਗ ਹੋ ਗਈ ਚੱਲ ਪਿਆ ਜੀ ਉਹ ਉਹਨਾਂ ਨੇ ਕਿਹਾ ਜੀ 26 ਸੈਕਿੰਡ ਆਇਆ ਵੀ ਬੋਲ ਦੇ ਉਹ ਜੁਝਾਰ ਜੀ ਉਦੋਂ ਮੇਰੇ 'ਤੇ ਪਤਾ ਨਹੀਂ ਕੀ ਬੀਤੀ ਹੋਊਗੀ ਦਿਮਾਗ 'ਚ ਕੁਛ ਹੋਰ ਵੀ ਚੱਲ ਰਿਹਾ ਸੀ ਵੀ ਮੈਨੂੰ ਪਤਾ ਹੀ ਨਹੀਂ ਵੀ ਮੇਰੇ ਤੋਂ ਗਲਤੀ ਹੋ ਜਾਣੀ ਆ ਹਾਂਜੀ ਅਤੇ ਉਹ ਤਿੰਨੇ ਬੰਦੇ ਪਰੇ ਹੋ ਗਏ ਕਹਿੰਦੇ ਵੀ ਤੂੰ ਹੀ ਦੇਖ ਇਹ ਠੀਕ ਹੈ ਜੀ ਵੀ ਅਸੀਂ ਨਹੀਂ ਦੇਖਣਾ ਤੂੰ ਦੇਖ ਮੈਂ ਕਹਾਂ ਜੀ ਮੈਨੂੰ ਦੇਖਣਾ ਨਹੀਂ ਆਉਂਦਾ ਠੀਕ ਹੈ ਜੀ ਉਹ ਜੁਝਾਰ ਜੀ ਉਹੋ ਜੀ ਫਿਰ ਇਹੋ ਜਿਹੀ ਗੱਲ ਹੋਈ ਉਦੋਂ ਬਾਅਦ ਉਹ ਗੱਡੀਆਂ ਭੱਜਦੀਆਂ ਗਈਆਂ 23 ਦੇ ਲਵੇ ਨਾ ਕੋਈ ਆਵੇ ਠੀਕ ਹੈ ਜੀ ਜਦੋਂ 23 ਸੈਕਿੰਡ 75 ਕੋਈ 27 ਜਾਵੇ ਕੋਈ 28 ਜਾਵੇ ਠੀਕ ਹੈ ਮੈਨੂੰ ਆਪਦੇ ਆਪ ਨੂੰ ਘਬਰਾਹਟ ਹੋਣ ਲੱਗ ਗਈ ਵੀ 23 ਦੇ ਤਾਂ ਕੋਈ ਲਵੇ ਨਹੀਂ ਆਉਂਦੀ ਠੀਕ ਹੈ ਜੀ ਪਰ ਉਹ ਪਰਮਾਤਮਾ ਦੀ ਕਿਰਪਾ ਹੋਈ ਉਦੋਂ ਅੱਗੇ ਵੀ ਆ ਗਈਆਂ ਉਹਨਾਂ ਦਾ 5ਵਾਂ ਨੰਬਰ ਬਣਿਆ ਠੀਕ ਹੈ ਜੀ ਫਿਰ ਜੁਝਾਰ ਜੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਆ ਕੇ ਕੀਤੀ ਜ਼ਰੂਰ ਜੀ ਬਈ ਗੁਰੂ ਮਹਾਰਾਜ ਵੱਡੀ ਕਿਰਪਾ ਕੀਤੀ ਆ ਇੱਜ਼ਤ ਬਚੀ ਆ ਵੀ ਤੂੰ ਹੀ ਆ ਮਾਲਕ ਆ ਸਭ ਕੁਛ ਬਈ ਅੱਜ ਤੋਂ ਬਾਅਦ ਕਦੇ ਗਲਤੀ ਨਾ ਕਰਾਈ ਠੀਕ ਹੈ ਜੀ ਫਿਰ ਤੁਹਾਡੇ ਵਰਗਾ ਸਿਆਣਾ ਬੰਦਾ ਸੀ ਕਹਿੰਦੇ ਵੀ ਵਿੱਕੀ ਪਹਿਲਾਂ ਹੁਣ ਜਦੋਂ ਯੁੱਧ ਲੜਨ ਜਾਣਾ ਹਥਿਆਰ ਵੀ ਆਪਦੇ ਚਾਹੀਦੇ ਆ ਅਤੇ ਉਹ ਘੜੀਆਂ ਤਾਂ ਅੱਜ ਵੀ ਮੇਰੇ ਕੋਲ ਹੈਗੀਆਂ ਨੇ ਸਾਂਭ ਕੇ ਰੱਖੀਆਂ ਹੋਈਆਂ ਸੋ ਇਹਦੇ ਬਾਰੇ ਵੀ ਜ਼ਰੂਰ ਦੱਸੋ ਜੀ ਸਭ ਤੋਂ ਪਹਿਲਾਂ ਤੁਸੀਂ ਘੜੀਆਂ ਕਿੱਥੋਂ ਲਈਆਂ ਸੀਗੀਆਂ ਇਹਦੇ ਬਾਰੇ ਵੀ ਜ਼ਰੂਰ ਦੱਸੋ ਜੀ ਜੁਝਾਰ ਜੀ ਜਦੋਂ ਉੱਥੋਂ ਤੁਹਾਨੂੰ ਮੈਂ ਦੱਸਦਾ ਉਹ 23 75 ਲੱਗਿਆ ਤਾਂ ਮੇਰੇ ਦਿਮਾਗ 'ਚ ਉਹ ਗੱਲ ਚੱਲੀ ਜਾਵੇ ਵੀ ਉਹਦਾ ਸਮਾਂ ਨਹੀਂ ਲੱਗਿਆ ਇਤਫਾਕ ਨਾਲ ਉਦੋਂ ਬਾਅਦ ਕਿਤੇ ਖੇਡ ਆਈ ਮੈਂ ਸਮਾਂ ਲਾਉਣ ਗਿਆ ਉਸੇ ਗੱਡੀ ਦਾ ਉਹਨੇ 5ਵਾਂ ਨੰਬਰ ਹੀ ਉੱਥੇ ਫੇਰ ਬਣਿਆ ਫਿਰ ਗੁਰੂ ਮਹਾਰਾਜ ਦੇਖ ਲਓ ਉਹ ਜ਼ਿੰਦਗੀ 'ਚ ਇੱਕ ਵਾਰੀ ਮੈਂ ਆਪਦੇ ਕੋਲੋਂ ਜੋ ਕੁਛ ਬੋਲਿਆ ਉਹ ਮਾਲਕ ਨੇ ਇੰਨੀ ਬਾਂਹ ਫੜੀ ਅਤੇ ਉਦੋਂ ਬਾਅਦ ਫਿਰ ਤੁਸੀਂ ਦੇਖਦੇ ਹੋ ਬਈ ਪੰਜਾਬੀਆਂ ਨੇ ਕਿੰਨਾ ਪਿਆਰ ਦਿੱਤਾ ਅਤੇ ਫਿਰ ਘੜੀਆਂ ਬਾਹਰੋਂ ਵੀ ਮੰਗਾਈਆਂ ਇੱਥੋਂ ਵੀ ਕੀਮਤੀ ਘੜੀਆਂ ਲਈਆਂ ਅਤੇ ਹਥਿਆਰ ਆਪਦੇ ਜ਼ਰੂਰੀ ਆ ਜ਼ਰੂਰ ਅਤੇ ਫਿਰ ਪਰਮਾਤਮਾ ਦੀ ਕਿਰਪਾ ਰੋਜ਼ ਜਦੋਂ ਵੀ ਗੁਰਦੁਆਰਾ ਸਾਹਿਬ ਤਾਂ ਰੋਜ਼ ਹੀ ਜਾਂਦੇ ਹਾਂ ਸਵੇਰੇ ਅਰਦਾਸ ਬੇਨਤੀ ਕਰਕੇ ਫਿਰ ਚੱਲ ਸੋ ਚੱਲ ਬਾ ਉੱਥੋਂ ਸਫ਼ਰ ਸ਼ੁਰੂ ਹੋ ਗਿਆ ਜੀ ਤੁਸੀਂ ਆਪਣਾ ਇਸ ਬੈਲ ਗੱਡੀਆਂ ਦਾ ਸਫ਼ਰ ਕਿੱਥੇ ਕਿੱਥੇ ਤੱਕ ਤੈਅ ਕੀਤਾ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੁਸੀਂ ਬਲਦ ਭਜਾ ਚੁੱਕੇ ਹੋ ਜੀ ਹੁਣ ਤੱਕ
जुझार जी, पंजाब च मालवा ते दुआबा, ठीक है जी, बैल गड्डियां इत्थे ही ज्यादा भजदियां ने, ठीक है जी। फिर थोड़ा जिहा माझे च भी एक दो बारी खेडां होईयां, पर उत्थे उस तों बाद फिर होईयां नहीं, मानसा दे लागे होईयां, ठीक है जी। हरियाणे च भी होईयां, ठीक है, बलदां दियां भी होईयां, घोड़ियां दियां भी होईयां ने। ਇਹ ਪੰਜਾਬ ਦੇ ਵਿੱਚ ਤਾਂ ਹੁਣ ਪੰਜਾਬੀਆਂ ਨੇ ਵੱਡਾ ਪਿਆਰ ਦਿੱਤਾ, ਹਰਿਆਣੇ 'ਚ ਵੀ ਬਹੁਤ ਵੱਡਾ ਉਹ ਪਿਆਰ ਦਿੰਦੇ ਆ, ਠੀਕ ਹੈ। ਇਹ ਸਾਰੀਆਂ ਖੇਡਾਂ ਦਾ ਸਿਲਸਿਲਾ ਹੁਣੇ ਪਿੱਛੇ ਜੇ ਇੱਕ ਸਭ ਤੋਂ ਪੰਜਾਬ ਦੀ ਜੇ ਗੱਲ ਕਰੀਏ ਵੀ ਖੂਹ ਦੀ ਵੀ ਬਹੁਤ ਵੱਡੀ ਖੇਡ ਕਾਰ ਦਿੱਤੀ ਸੀ, ਅਲਟੋ ਬ੍ਰੈਂਡ ਨਿਊ ਕਾਰ ਸੀ, ਠੀਕ ਹੈ, ਨਾਲ ਸੋਨੇ ਦਾ ਕੜਾ ਸੀਗਾ, ਠੀਕ ਹੈ। ਹਾਂਜੀ ਮਾਸਟਰ ਜੀ, ਜਿਵੇਂ ਕਿ ਆਪਾਂ ਗੱਲਾਂ ਕਰੀਏ ਵੀ ਆਮ ਤੌਰ 'ਤੇ ਅਸੀਂ ਲਾਈਵ ਦੇ ਜ਼ਰੀਏ ਵੀ ਦੇਖਿਆ ਵੀ ਬਹੁਤ ਵੱਡੀਆਂ ਬਲਦਾਂ ਦੀਆਂ ਖੇਡਾਂ ਹੋਈਆਂ, ਸੋ ਵੱਡੀਆਂ ਖੇਡਾਂ ਦੇ ਤੁਹਾਨੂੰ ਵੀ ਮਾਣ ਪ੍ਰਾਪਤ ਹੋਇਆ, ਅਕਸਰ ਦੇਖਿਆ ਲਾਈਵ ਦੇ ਜ਼ਰੀਏ ਤੁਸੀਂ ਵੱਡੀਆਂ ਖੇਡਾਂ ਦੇ ਬੜੇ ਅਨਾਊਂਸਰ ਵੀ ਰਹੇ ਹੋ, ਤੁਸੀਂ ਹਰ ਇੱਕ ਜ਼ਿੰਮੇਵਾਰੀ ਤੁਹਾਡੇ ਸਿਰ 'ਤੇ ਹੋਈ, ਵੱਡੀਆਂ ਖੇਡਾਂ ਬਹੁਤ ਤੁਸੀਂ ਵੀ ਕਰਾਈਆਂ, ਸੋ ਸਭ ਤੋਂ ਵੱਡੀ ਖੇਡ ਕੋਈ ਬਲਦਾਂ ਦੀ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਕਰਾਈ ਹੋਵੇ ਇੱਦਾਂ ਦੀਆਂ ਖੇਡਾਂ, ਜ਼ਰੂਰ ਸ਼ੇਅਰ ਕਰਿਓ ਸਾਨੂੰ। ਜੀ ਯਾਰ ਜੀ, ਖੇਡਾਂ ਸਾਰੀਆਂ ਹੀ ਵੱਡੀਆਂ ਨੇ, ਜ਼ਰੂਰ ਜੀ, ਕਿਉਂਕਿ ਕਿਸੇ 'ਚ ਕਿੰਨੀ ਹਿੰਮਤ ਆ, ਕਿਸੇ 'ਚ ਕਿੰਨੀ ਹਿੰਮਤ ਆ, ਬੰਦਾ ਆਪਦੇ ਆਪ ਸਾਰੇ ਹਰੇਕ ਬੰਦਾ ਹੀ ਬਹੁਤ ਵੱਡੀ ਖੇਡ ਕਰਾਉਂਦਾ, ਜ਼ਰੂਰ, ਅਤੇ ਉੱਥੇ ਦਰਸ਼ਕਾਂ ਦਾ ਪਿਆਰ ਅਤੇ ਗੱਡੀਆਂ ਵਾਲਿਆਂ ਦਾ ਪਿਆਰ ਉਹ ਵੱਡੀ ਖੇਡ ਬਣਾ ਜਾਂਦੇ ਆ, ਵੀ ਹਾਂ ਲੋਕਾਂ ਦੀਆਂ ਜਹਿਨ 'ਚ ਵੱਸ ਜਾਂਦੀ ਆ, ਯਾਦਾਂ 'ਚ ਵੱਸ ਜਾਂਦੀ ਆ। ਫਿਰ ਵੀ ਤੁਸੀਂ ਪੁੱਛਿਆ ਪੰਜਾਬ 'ਚ ਪਿਛਲਿਆਂ ਸਮਿਆਂ 'ਚ, ਕਿਉਂਕਿ ਜਿਹੋ ਜਿਹੇ ਹਾਲਾਤ ਚੱਲਦੇ ਰਹੇ, ਜਿਵੇਂ ਕਬੱਡੀ ਵਾਲੇ ਨੂੰ ਬਣਾਉਣਾ ਤੁਸੀਂ ਕਰਦੇ ਹੋ ਕੌਲੀਆਂ, ਹਾਂਜੀ, ਬਲਦਾਂ ਨੂੰ ਦੇਸੀ ਘਿਓ ਦੇ ਟੀਨ, ਆਰਮੀ ਘਿਓ ਦੇ ਟੀਨ, ਟੈਲੀਵਿਜ਼ਨ, ਉਹ ਦੌਰ ਸੀ, ਲੰਘ ਗਿਆ। ਸਹੀ ਗੱਲ, ਪਰ ਪਿਛਲੇ ਸਮੇਂ 'ਚ ਹੀ ਅੱਜ ਤੋਂ 2 ਸਾਲ ਪਹਿਲਾਂ ਪੰਜਾਬ ਦੇ ਵਿੱਚ ਮੋਟਰਸਾਈਕਲ 25 ਦਿੱਤੇ ਗਏ, ਪਿੰਡ ਬਹਿਲਪੁਰ ਵੀਰ ਸੰਦੀਪ ਸਿੰਘ ਅਤੇ ਵੀਰ ਸ਼ੀਰਾ ਕੁਲਵਿੰਦਰ ਸਿੰਘ ਨਾਗਰੇ ਦੇ ਸਪੁੱਤਰ ਨੇ, ਠੀਕ ਹੈ, ਉਹਨਾਂ ਵੱਲੋਂ 25 ਮੋਟਰਸਾਈਕਲ ਦਿੱਤੇ ਗਏ, 3 ਬੁਲਟ ਮੋਟਰਸਾਈਕਲ ਨਾਲ, ਪਹਿਲੇ ਨੂੰ ਨਾਮ ਝੋਟੀ ਸੀ, ਠੀਕ ਹੈ ਜੀ, 25 ਮੋਟਰਸਾਈਕਲ, ਮੈਨੂੰ ਵੀ ਬਹੁਤ ਵੱਡਾ ਉੱਥੇ ਸਨਮਾਨ ਦਿੱਤਾ ਗਿਆ। ਸੋ ਬਲਦਾਂ ਦੀ ਸਭ ਤੋਂ ਵੱਡੀ ਖੇਡ ਤਕਰੀਬਨ 25 ਮੋਟਰਸਾਈਕਲ ਵਾਲੀ, 25 ਮੋਟਰਸਾਈਕਲਾਂ ਦੀ, ਹਾਂਜੀ। ਇੱਕ ਨਾਗਰੇ ਪਿੰਡ ਵੀਰ ਸੁੱਖਾ ਵੀਰ ਗੋਲੂ ਹੋਣੀ ਵਿਦੇਸ਼ 'ਚ ਵੱਸਦੇ ਆ, ਉਹਨਾਂ ਨੇ ਟਰੈਕਟਰ ਦਿੱਤਾ, ਠੀਕ ਹੈ ਜੀ, ਮੋਟਰਸਾਈਕਲ ਦਿੱਤੇ, ਠੀਕ ਹੈ ਜੀ। ਜਗਤਪੁਰ ਉੱਥੇ ਵੀ 5 ਮੋਟਰਸਾਈਕਲ ਇਸ ਵਾਰੀ ਦਿੱਤੇ ਆ, ਠੀਕ ਹੈ ਜੀ। ਮਾਨਕਾ ਪਿੰਡ ਵੀ, ਠੀਕ ਹੈ ਜੀ, ਵੀਰ ਤਰੂੰ ਹੋਣੀ ਦੋਧਰ ਵਾਲੇ, ਠੀਕ ਹੈ ਜੀ, ਉਹਨਾਂ ਨੇ ਵੀ ਮੋਟਰਸਾਈਕਲ ਦਿੱਤੇ ਆ, ਠੀਕ ਹੈ। ਕਿਉਂਕਿ ਇਹ ਖੇਡਾਂ ਦੇ ਨਾਲ ਨਾਲ ਦੋ ਖੇਡਾਂ ਮੇਰੇ ਜ਼ਿਹਨ ਦੇ ਵਿੱਚ ਮੇਰੀ ਜ਼ਿੰਦਗੀ 'ਚ ਸਭ ਤੋਂ ਵੱਡੀਆਂ ਖੇਡਾਂ, ਠੀਕ ਹੈ, ਸਾਡੇ ਸ਼ਹੀਦ ਕਰਤਾਰ ਸਿੰਘ ਸਰਾਭਾ, ਉੱਥੇ ਬਹੁਤ ਸੋਹਣੀ ਖੇਡ, ਉਹ ਜੁਝਾਰ ਜੀ, ਉਹ ਦੋ ਖੇਡਾਂ ਇਹੋ ਜਿਹੀਆਂ ਸੀ, ਬਹਿਲਪੁਰ ਅਤੇ ਨਾਗਰਿਆਂ ਦਾ ਖੇਡ ਮੇਲਾ, ਠੀਕ ਹੈ ਜੀ, ਕਿਉਂਕਿ ਸੰਦੀਪ ਵੀਰ ਹੋਣਾਂ ਨਾਲ ਵੀ ਮੇਰਾ ਬਹੁਤ ਜ਼ਿਆਦਾ ਪਿਆਰ ਆ, ਠੀਕ, ਵੀਰ ਸੁੱਖਾ ਵੀ ਮੇਰਾ ਭਰਾ ਵਾ, ਠੀਕ ਹੈ, ਇਹ ਬੰਦਿਆਂ ਨੇ ਗੱਲਾਂ ਹੀ ਛੱਡਤੀਆਂ ਸੀ, ਉਹ ਜਿੱਥੇ 25 ਮੋਟਰਸਾਈਕਲ ਹੋਣੇ ਸੀ ਉਹ ਬੰਦਿਆਂ 'ਚੋਂ ਕੋਈ ਵੀ ਇੱਥੇ ਨਹੀਂ ਬੰਦਾ ਸੀ, ਠੀਕ ਹੈ, ਸੋ ਐਡੀ ਵੱਡੀ ਜ਼ਿੰਮੇਵਾਰੀ ਸਾਰੀ ਤੁਹਾਡੇ ਤੇ ਸੀ, ਉਹ ਗਰੁੱਪ ਸੀਗਾ, ਠੀਕ ਹੈ ਜੀ, ਉਹਨਾਂ ਨੇ ਕੋਈ ਉੱਥੇ ਪਿੰਡ ਦਾ ਜਾਣੀ ਜਿਹੜੇ ਬੰਦੇ ਕਰਾ ਰਹੇ ਸੀ ਉਹਨਾਂ ਦੇ ਮਿੱਤਰ ਦੋਸਤ ਤਾਂ ਸੀਗੇ, ਠੀਕ, ਪਰ ਆਪ ਬੰਦਾ ਕੋਈ ਨਹੀਂ ਸੀ, ਆਪ ਕੋਈ ਨਹੀਂ ਸੀ। ਮੈਨੂੰ ਸਾਰੀ ਰਾਤ ਉਹ ਰਾਤ ਜੁਝਾਰ ਜੀ ਨੀਂਦ ਨਹੀਂ ਆਈ ਵੀ ਕਿਵੇਂ ਹੋਊਗਾ, ਕਿਉਂਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੇਲਾ ਸੀ ਉਹ, ਠੀਕ ਹੈ ਜੀ, ਵੀ ਕਿਵੇਂ ਹੋਊਗਾ 25 ਮੋਟਰਸਾਈਕਲ, ਮੈਨੂੰ ਘਬਰਾਹਟ ਵੀ ਹੁੰਦੀ ਸੀ, ਪਰ ਜਦੋਂ ਸੁਬਹਾ ਹੋਈ ਅਤੇ ਉਹਨਾਂ ਨੂੰ ਵੀ ਕਰਾਉਣ ਵਾਲੇ ਬੰਦਿਆਂ ਨੂੰ ਵੀ ਨੀਂਦ ਨਹੀਂ ਆਈ, ਠੀਕ, ਮੈਨੂੰ ਸਵੇਰੇ ਹੀ 6 ਵਜੇ ਸੰਦੀਪ ਦਾ ਫੋਨ ਆ ਗਿਆ ਵੀ ਤੁਰ ਪਾ, ਮੈਂ ਪਹਿਲੀ ਵਾਰੀ ਉਹਨੇ ਸਾਜਰੇ ਕਿਸੇ ਖੇਡ 'ਤੇ ਗਿਆ ਸੀ, 8 ਵਜੇ ਉੱਥੇ ਮੈਂ ਪਹੁੰਚ ਗਿਆ ਸੀ, ਠੀਕ ਹੈ ਜੀ, ਮੈਂ ਅਤੇ ਮੇਰੀ ਪਤਨੀ ਹਰਸਿਮਰਨ ਕੌਰ ਗੁਰਦੁਆਰਾ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਠੀਕ ਹੈ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿਰ ਝੁਕਾ ਕੇ ਗੁਰੂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਜਲ ਲੈ ਕੇ ਵੀ ਮਹਾਰਾਜ ਅੱਜ ਜ਼ਿੰਦਗੀ ਦਾ ਇਮਤਿਹਾਨ। ਸਹੀ ਗੱਲ ਹੈ, ਚਲੋ ਇੱਕ ਦਿਨ ਉਤਸ਼ਾਹਤ ਹੁੰਦੇ ਬੰਦੇ ਨੂੰ ਵੀ ਅੱਜ ਵੱਡੀ ਖੇਡ ਹੈ, ਜ਼ਿੰਮੇਵਾਰੀ ਬਹੁਤ ਵੱਡੀ ਵੀ 25 ਮੋਟਰਸਾਈਕਲਾਂ ਦਾ ਸਾਰਾ ਲੇਖਾ ਜੋਖਾ ਇੱਕ ਇੱਕ ਸੈਕਿੰਡ ਦਾ ਕਰਨਾ, ਸੋ ਵੀ ਬਹੁਤ ਵੱਡੀ ਗੱਲ ਸੀਗੀ, ਸੋ ਤੁਸੀਂ ਇਹ ਜ਼ਰੂਰ ਸ਼ੇਅਰ ਕਰਿਆ ਸਾਡੇ ਨਾਲ, ਇਹਦੇ ਬਾਰੇ ਦੱਸੋ ਜੀ ਅੱਗੇ। ਉਹ ਚਲੋ ਜੀ, ਸਮਾਂ ਹੋਇਆ, ਮੇਲਾ ਸ਼ੁਰੂ ਹੋ ਗਿਆ, ਹਜ਼ਾਰਾਂ ਬੰਦਿਆਂ ਦਾ ਇਕੱਠ ਜੁੜਿਆ, ਸਾਰਾ ਪੰਜਾਬ ਕੀ ਹਰਿਆਣਾ ਉੱਥੇ ਢੁੱਕਿਆ, ਸੋ ਐਡੀ ਵੱਡੀ ਖੇਡ ਨੂੰ ਦੇਖਣ ਲਈ ਜੀ। ਹਾਂਜੀ, ਉਹ ਖੇਡ ਮੈਨੂੰ ਉੱਥੇ ਮੇਰਾ ਵੀ ਨਹੀਂ ਪਤਾ ਸੀ, ਨਾ ਖੇਡ ਦਾ ਪਤਾ ਸੀ, ਉਹ ਮਾਲਕ ਨੂੰ ਹੀ ਪਤਾ ਸੀ। ਦੋ ਮੋਟਰਸਾਈਕਲ ਪਹਿਲੀ ਪੁਜੀਸ਼ਨ 'ਤੇ ਇੱਕੋ ਸਮੇਂ 'ਚ ਦੋ ਇਕੱਠੇ ਹੋ ਗਏ, ਠੀਕ ਹੈ ਜੀ, ਬੁਲਟ ਮੋਟਰਸਾਈਕਲ ਸੀਗੇ, ਠੀਕ ਹੈ ਜੀ, ਪਹਿਲੀਆਂ ਮੰਨ ਲਓ ਫਸਟ ਸੈਕਿੰਡ ਥਰਡ ਮੋਟਰਸਾਈਕਲ ਸੀ, ਪਰ ਕਿਸਮਤ ਦੇ ਨਾਲ ਦੋ ਬੈਲ ਗੱਡੀਆਂ ਅਤੇ ਫਿਰ ਝੋਟੀ ਇੱਕ ਸੀ ਨਾਮ, ਠੀਕ ਹੈ ਜੀ, ਕਿਉਂਕਿ ਉਹ ਜ਼ਿੰਦਗੀ ਦਾ ਬਹੁਤ ਵੱਡਾ ਮੇਲਾ ਸੀ,
पर लोगों ने फिर इन्ना प्यार दिता भी इन्ना इंसाफ होया वो मालक नूं ही पता वा उन्हें गुरु महाराज की कृपा क्योंकि बंदा तो बस करन वाला कराउन वाला वो मालक ही है। ठीक है। इस तरह फिर नागरे का खेड मेला सी ट्रैक्टर नाम से पंजाब पहली बार ही किसी ट्रैक्टर दिता गया। ठीक है जी। सो नागरे के खेड मेले ते वह रात भी निजार जी घबराहट हुई भी किमें भी ट्रैक्टर क्योंकि उन्होंने भी मेरे ती गल छी क्योंकि मैं ही जो चलो करवाना भरावान ने मालक ने करवाना पर बंद जजमेंट मैं करनी इंसाफ करना। सही गल है जी क्योंकि इको एक जुझार जी ये गेम आ। ठीक है जी। जिदे च शिकारी कुत्ते वाले की डोर टुट जाती है वो दोबारा चले जाते जी ए घड़ी बाब मोड़ नहीं जी सकते कबड्डी च रीप्ले हो जाता भी ये पॉइंट साझा हो गया नहीं किसी पासे नहीं देना जरूर जी ये इको गेम आ जिन्ना चर मैनू सफर करदे नू हो गया भी ये कोई गलती की गुंजाइश नहीं। सही गल है थोड़े ते इन्ना परमात्मा की कृपा विश्वास बनया होया थोड़े पर्दे च अज के समय च कोई भरा भरा ते नहीं विश्वास करता। सही गल है जी प्यो पुत ते नहीं विश्वास करता। ठीक है। पर यह सारे पंजाबियों का धन्यवाद आ जिन्ह ने एड्डा वड्डा मैनू माण दिता भी एक हथ दे विच पर्दे दे विच वह घड़ियां ने ते उहदे ते सारे विश्वास करदे ते परमात्मा अगे मैं भी यही अरदास करदा हुंदा वी मालका जिन्ना चिर रखेगा विश्वास बना के रखी नहीं मौका ना दई मैनू उत्थे भेजी मैं आपदे कोल ही रख ली इत्थे जिथे मैं हैगा वा पर उह स्टेज ते ना मैनू भेजी। ये फिर जुझार जी दो खेडां जिन्हें खेडां दा पंजाब दा NRI अज हजारां दी गिणती च जरूर कबड्डी वाले भी शिकारी आ वीर भी सारे जुड़ गए। हाँ जी। अज दे समे च जुझार जी अज दे कोरोना दे समे च जरूर जी साइकल बिके आ 34-35 लाख सही गल देखदे हो देखे जरूर ते रोज पिछले एक महीने तो अज तरीक 24 हो गई जी 24 सितंबर आ। हाँ जी हाँ जी 24 सितंबर तो पहला रोज़ पिछले एक महीने तो 2-3-4 बल्द रोज़ बिक रहे। ठीक है जी भी हाँ इन्ना ज्यादा लोगों को प्यार नवे यूथ नवा नशिया तो परे हो गया ये सारा कुछ ये यूट्यूब दे राही थोड़ा मालवा TV राही जो तुसी लोगों को दिखाने हो जरूर जी बंदियां दे नौजवानों दे नाल मैनू मातावां भैणां बच्चियां दा बहुत बड़ा प्यार जो कोई बड़ा खुशी होंदी है कोई कहंदी है माँ कोई भैण कहंदी है भी असी स्क्रीन ला के रसोई च रोटी भी पकाई जाने ते ओह खेड भी देख रहे हैं एड्डा ज्यादा प्यार गड्डियां दे गड़वान वीरां दा ये लोगों ने नवा ही एक रुझान पैदा करता जिथे जिंदगी का भी तो अज यह बलदों का शौक जुझार जी तुसी सियाने पहले समय च लोग कहंदे सी बलद भजाउंदा इहदा विआह नहीं होना। सही गल है पर अज लोग उही कहंदे आ भी इह अमीर बंदा होऊ जिहड़ा बलद भजाउ जी जिमें कि आप पुराने समय के देखते सके भी उन्होंने ब बहुत बड़ा मनिया जाता जिदे घर बलद होंगे सके तो वह कह देंदे कि उदो खे अपना खेती का जरिया बलदे होंदा सी तो जिमें कि मास्टर जी तुसीं गल कीते जी भी सो पहला तो दर्शकों जरूर दस दिए सो बैल गड्डियां का शौक कखा तो जिमें कह दें कबड्डी लखा की होगी सो इदा ही एक घी के पीपियां तो एक किलो घी तो लैके अज बलदां दीआं खेडां जिमें कि मास्टर जी ने थोड़ा दसिया बहलपुर दुआबे एरिए 25 मोटरसाइकिल दिते गए सो कि वड्डी गल आ 25 मोटरसाइकलों के नाल नागरे के टूरनामेंट के 3600 ट्रैक्टर भी दिता गया कितने गड्डिया कितने ट्रैक्टर कितने मोटरसाइकल सो लखा रुपए के बलद पहुँच गए सो कि वड्डी गल है इस शौक दे लई सो एक बैल गड्डिया करके सो बाकी भी जरूर जानकारी लवेंगे जी मास्टर जी तो। हाँ जी मास्टर जी जिमें कि हर एक बंदे दे नाल हर एक चीज़ वापरी हुंदी आ खेडां दे नाल नाल कोई इहो जिहा बंदा मिलदा है जां कोई इहो जी अपने नाल कोई याद जुड़ी भी हुंदी आ कोई खेड दी भी एक कोई साडे नाल जरूर सांझी करो भी कदे तुहानूं लग्गिया होवे यार भी ये तो बड़ा मुश्किल काम है अज इदां है ना भी कोई तुहाडे नाल कोई याद जुड़ी होवे इहदे बारे जरूर दस्सो जी। जुझार जी इह 2019 दी होई गल आ हरियाणे दे विच थापा पिंड आ। ठीक है जी। उतों के घोड़े भी लखे होनी भजाते हैं। ठीक है। रेविया चाल च बहुत बड़ा पंजाब उन्होंने नाँ हरियाणे च भी बहुत बड़ा नाँ। ठीक है। इस बारी उन्होंने मेला कराया। ठीक है। मैं मान लो 20 साल पिछलियाँ च एक दो बारी कितने रात रहा हूँ उत्थे मैं रात रहा पहले दिन नमैश का प्रोग्राम से तो दूजे दिन खेडा दी रेविया चाल का मुकाबला से। ठीक है जी। उत्थे जुझार जी बजुर्ग बच्चे 15 साल की उम्र के वो सारे वो हुक्का रख लेंगे हाँ जी हाँ जी वो सारे ही वो पींदे। ठीक है जी। वो जिवें जो भी समझ लो मैं मिठाई हो समझते हैं भी हाँ किसी ने चाह पानी 10-15-20 बजुर्ग बैठे। ठीक है जी। ते मैं भी उन्होंने जा बैठा उन्होंने कोई पता नहीं भी मैं कौन। ठीक है जी।
ਗੱਲਾਂ ਚੱਲ ਪਈਆਂ ਤੇ ਮੈਨੂੰ ਵੀ ਨਹੀਂ ਇਹ ਗੱਲ ਦਾ ਪਤਾ ਸੀ। 10 ਕੁ ਸਾਲ ਪਹਿਲਾਂ ਉੱਥੇ ਬਹੁਤ ਵੱਡੀ ਖੇਡਾਂ ਦੇ ਟੂਰਨਾਮੈਂਟ ਦੇ ਦੌਰਾਨ ਬਹੁਤ ਵੱਡੀ ਜਾਨੀ ਨੁਕਸਾਨ ਹੋ ਗਿਆ ਸੀ। ਠੀਕ ਹੈ ਜੀ। ਅਤੇ ਉਹ ਗੱਲਾਂ ਕਰਨ ਲੱਗ ਗਏ, ਗੱਲਾਂ ਕਰਦੇ ਵੀ ਪੰਜਾਬ ਤੋਂ ਕੋਈ ਵਿੱਕੀ ਨਾਮ ਦਾ ਬੰਦਾ ਆਇਆ, ਠੀਕ ਹੈ, ਜੋ ਇਹ ਜੱਜ ਕਰੂਗਾ ਸਾਰਾ ਕੁਛ। ਠੀਕ ਹੈ ਜੀ। ਉਹ ਜੱਜ ਕਰੂਗਾ ਅਤੇ ਵੀ ਅੱਜ ਪਤਾ ਲੱਗੂਗਾ ਵੀ ਕੀ ਕਹਾਣੀ ਬਣਦੀ ਆ। ਹਾਂਜੀ। ਹੋ ਸਕਦਾ ਵੀ ਅੱਜ ਵੀ ਕੋਈ ਉਹੋ ਜਿਹੀ ਜਾਨੀ ਨੁਕਸਾਨ ਹੋ ਜਾਵੇ। ਹਾਂਜੀ। ਜੁਝਾਰ ਜੀ, ਉਹ ਸਮਾਂ ਜਦੋਂ ਗੱਲ ਸੁਣੀ ਮੈਨੂੰ ਘਬਰਾਹਟ ਹੋਈ ਵੀ ਕੀ ਗੱਲ ਹੋਈ ਆ। ਮੈਂ ਉਹਨਾਂ ਤੋਂ ਪੁੱਛਿਆ, ਠੀਕ ਹੈ ਜੀ, ਉਹ ਕਹਿੰਦੇ ਜੀ 10 ਸਾਲ ਪਹਿਲਾਂ ਇੱਥੇ ਬਹੁਤ ਵੱਡਾ ਬਵਾਲ ਹੋ ਗਿਆ ਸੀ ਟੂਰਨਾਮੈਂਟ ਦੇ ਦੌਰਾਨ। ਠੀਕ ਹੈ ਜੀ। ਅਤੇ ਬਈ ਉਦੋਂ ਬਵਾਲ ਹੋਇਆ, ਉਦੋਂ ਬਾਅਦ ਅੱਜ ਟੂਰਨਾਮੈਂਟ ਹੋਇਆ ਅਤੇ ਸਾਰੇ ਗਾਓਂ ਨੇ, 3-4 ਪਿੰਡਾਂ ਨੇ ਫੈਸਲਾ ਕੀਤਾ ਵੀ ਪੰਜਾਬ ਸੇ ਵਿੱਕੀ ਨਾਮ ਕਾ ਬੰਦੇ ਕੋ ਬੁਲਾਓ। ਠੀਕ ਹੈ। ਬਈ ਉਹ ਫੈਸਲਾ ਕਰੇਗਾ ਜੀਤ ਹਾਰ ਕਾ। ਠੀਕ। ਹਮੇ ਉਸਕੇ ਵਿਸ਼ਵਾਸ ਆ ਦੇਖ ਕੇ। ਠੀਕ। ਤੁਹਾਡੇ ਯੂਟਿਊਬ ਰਾਹੀਂ, ਠੀਕ ਹੈ, ਮਾਲਵਾ ਟੀਵੀ ਰਾਹੀਂ ਜਦੋਂ ਉੱਧਰ ਮੂਵੀਆਂ ਚੱਲਦੀਆਂ ਨੇ ਜ਼ਰੂਰ ਵੱਖ ਵੱਖ ਚੈਨਲਾਂ ਰਾਹੀਂ, ਅਤੇ ਉਹਨਾਂ ਨੇ ਦੇਖਿਆ ਅਤੇ ਮੈਂ ਉਹ ਬੰਦੇ ਤੋਂ ਪੁੱਛਿਆ। ਫਿਰ ਜਦੋਂ ਉਹ ਖਾਸ ਪੰਚਾਇਤ ਬੈਠੀ, ਮੈਨੂੰ ਉਹਨਾਂ ਨੇ ਕਿਹਾ, ਕਹਿੰਦੇ ਆਪ ਤੋਂ ਵਿੱਚ ਮੈਂ ਹੀ ਬੈਠੇ ਹੋ। ਹਾਂ। ਉਹ ਪਤਾ ਲੱਗਿਆ ਅਤੇ ਮੈਂ ਕਿਹਾ ਵੀ ਹੁਣ ਮੈਂ ਕਰੂੰਗਾ ਜਿਵੇਂ ਕਰੂੰਗਾ। ਠੀਕ ਹੈ ਜੀ। ਬਵਾਲ ਨਹੀਂ ਕੋਈ ਉਹ। ਠੀਕ ਹੈ। ਫਿਰ ਮੈਂ ਆਪਦੇ ਹਿਸਾਬ ਨਾਲ ਉਹ ਗੇਮ ਚਲਵਾਈ। ਠੀਕ ਹੈ ਜੀ। ਅਤੇ ਫਿਰ ਜਿੰਨਾ ਉਹ ਪਿੰਡ ਸੀ ਆਲੇ ਦੁਆਲੇ ਦੇ, ਬਹੁਤ ਤਕਰੀਬਨ 6,000 ਬੰਦਾ ਹੈਗਾ, ਇੰਨਾ ਆਲੇ ਦੁਆਲੇ ਦੇ 15 ਗਾਓਂ, ਪਹਿਲੀ ਵਾਰੀ ਉੱਡਾ ਮੇਲਾ ਹੋਇਆ। ਠੀਕ ਹੈ ਜੀ। ਅਤੇ ਆਏ ਅਤੇ ਉਹ ਇਨਸਾਫ ਹੋਇਆ। ਠੀਕ ਹੈ। ਅਤੇ ਲੋਕਾਂ ਨੇ ਤਾੜੀਆਂ ਵੀ ਮਾਰੀਆਂ ਯੂਟਿਊਬ ਦੇ ਰਾਹੀਂ। ਸ਼ਾਇਦ ਸਤਨਾਮ ਹੋਣੀ ਹੋਈ ਸੀ, ਉੱਥੇ ਗਏ ਸਖਚੈਨ ਹੋਣੀ। ਠੀਕ। ਮਾਲਵਾ ਟੀਵੀ ਰਾਹੀਂ ਹੋਈ ਉਹ ਟੂਰਨਾਮੈਂਟ ਦੇਖਿਆ ਲੋਕਾਂ ਨੇ। ਠੀਕ ਹੈ। ਅਤੇ ਉਹ ਇਤਫਾਕ ਸੀ ਜਦੋਂ ਮੈਨੂੰ ਉਹ ਦੱਸਿਆ ਵੀ ਜਾਨੀ ਨੁਕਸਾਨ ਹੋਏ। ਠੀਕ। ਇਹੋ ਜਿਹੇ ਵੀ ਕਈ ਜੁਝਾਰ ਜੀ ਹੋ ਜਾਂਦੇ ਆ ਮਸਲੇ, ਪਰ ਉਹ ਮਾਲਕ ਦਾ ਸ਼ੁਕਰ ਆ। ਠੀਕ ਹੈ ਜੀ। ਗੁਰੂ ਮਹਾਰਾਜ ਦੀ ਕਿਰਪਾ ਹੋਈ। ਹਾਂਜੀ ਮਾਸਟਰ ਜੀ, ਜਿਵੇਂ ਕਿ ਇੱਕ ਖੇਡਾਂ 'ਤੇ ਜਾਣ ਦਾ ਜ਼ਰੀਆ ਹੁੰਦਾ, ਸੋ ਤੁਹਾਨੂੰ ਵੀ ਕਦੇ ਇੱਦਾਂ ਦੇ ਮਾਨ ਸਨਮਾਨ ਪ੍ਰਾਪਤ ਹੋਏ ਜੀ ਖੇਡਾਂ 'ਤੇ ਜਾ ਕੇ? ਜਿਵੇਂ ਤੁਸੀਂ ਦੱਸਿਆ ਵੀ ਦੁਆਬੇ ਵਾਲੇ ਵੀ ਗਏ ਆ, ਸੋ ਕੋਈ ਤੁਹਾਡੇ ਆਪਣੇ ਕੈਰੀਅਰ ਦੇ ਵਿੱਚ ਜਾਂ ਤੁਹਾਡੇ ਸਫ਼ਰ ਦੇ ਵਿੱਚ ਤੁਹਾਨੂੰ ਵੀ ਕੋਈ ਸਨਮਾਨ ਇੱਦਾਂ ਦੇ ਪ੍ਰਾਪਤ ਹੋਏ, ਇਹਦੇ ਬਾਰੇ ਵੀ ਜ਼ਰੂਰ ਦੱਸੋ ਜੀ। ਜੁਝਾਰ ਜੀ, ਜਿਹੜੀ ਇਹ ਗੇਮ ਸੀ ਬਲਦਾਂ ਦੀ ਗੇਮ, ਠੀਕ ਹੈ ਜੀ, ਪਹਿਲਾਂ ਸਮਾਂ ਸੀ ਜਦੋਂ ਕੋਈ ਸਮਾਂ ਲਾਉਂਦਾ ਕਿਸੇ ਕੋਲ ਚਾਹ ਵੀ ਪੀ ਲੈਂਦਾ ਸੀ, ਠੀਕ ਹੈ, ਤਾਂ ਲੋਕ ਸਮਝਦੇ ਸੀ ਵੀ ਇਹਨੇ ਉਹਦੇ ਕੋਲ ਚਾਹ ਪੀ ਲਈ, ਠੀਕ ਹੈ ਜੀ, ਵੀ ਪਤਾ ਨਹੀਂ ਇਹਦਾ ਹੀ ਬਲਦ ਜਿੱਤ ਜੂਗਾ, ਸ਼ਾਇਦ ਉਹਦੇ ਪੱਖ ਦੀ ਗੱਲ ਕਰਨਗੇ ਜੀ। ਪਰ ਬੰਦਿਆਂ ਦੀ ਸੋਚ ਬਦਲੀ, ਸਮਾਂ ਬਦਲਿਆ। ਠੀਕ ਹੈ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਕਮਲ ਹਮਾਂਜੂਪੁਰ ਨੇ, ਉਦੋਂ ਕਿਸੇ ਟਾਈਮ ਕੀਪਰ ਨੂੰ ਕੋਈ ਸਨਮਾਨ ਕਿਸੇ ਨੇ ਮੋਟਰਸਾਈਕਲ ਨਹੀਂ ਦਿੱਤਾ ਸੀ, ਠੀਕ ਹੈ ਜੀ, ਉਹਨੇ ਮੈਨੂੰ ਸਨਮਾਨ ਦਿੱਤਾ। ਠੀਕ ਹੈ ਜੀ। ਉਸ ਤੋਂ ਬਾਅਦ 400-500 15-18 ਮੋਟਰਸਾਈਕਲ, ਠੀਕ ਹੈ ਜੀ, ਸਨਮਾਨ ਦਿੱਤੇ, ਸੋਨੇ ਦੀਆਂ ਮੁੰਦਰਾਂ ਦਿੱਤੀਆਂ। ਠੀਕ ਹੈ ਜੀ। ਇਹ ਪੰਜਾਬੀਆਂ ਦਾ ਪਿਆਰ ਆ ਵੀ ਜਿਹੜੇ ਵਿਸ਼ਵਾਸ ਕਰਨ ਲੱਗੇ। ਠੀਕ ਹੈ ਜੀ। ਇਹੋ ਜਿਹਾ ਪਿਆਰ ਜੁਝਾਰ ਜੀ, ਕਈ ਖੇਡਾਂ 'ਤੇ ਮੋਟਰਸਾਈਕਲ ਦਾ ਵੀ ਸਨਮਾਨ ਹੋਇਆ ਅਤੇ ਉੱਥੇ ਕੋਈ ਬੰਦਾ ਬਜ਼ੁਰਗ 10 ਰੁਪਈਏ ਦੇ ਕੇ ਵੀ ਆਸ਼ੀਰਵਾਦ ਦੇ ਕੇ ਗਿਆ, ਬਈ ਉਦੋਂ ਵੀ ਅੱਖਾਂ 'ਚੋਂ ਹੰਝੂ ਉਹ ਪਿਆਰ ਦਾ ਦੇਖੇ ਵੀ ਕਿੰਨਾ ਲੋਕ ਇਸ ਖੇਡ ਨੂੰ ਪਿਆਰ ਕਰਦੇ ਆ। ਠੀਕ ਹੈ ਜੀ। ਕਿਉਂਕਿ ਇਹ ਸਾਰੇ ਪੰਜਾਬੀ ਭਰਾਵਾਂ ਦਾ, ਗੁਰੂ ਮਹਾਰਾਜ ਦਾ ਕਿਰਪਾ, ਤੁਹਾਡਾ ਜੋ ਵਧੀਆ ਤਰੀਕੇ ਨਾਲ ਤੁਸੀਂ ਜੱਜਮੈਂਟ ਦਿਖਾਉਂਦੇ ਹੋ, ਠੀਕ ਹੈ, ਉਹਦੇ ਕਰਕੇ ਸਾਰਾ ਵਿਸ਼ਵਾਸ ਬਣਿਆ ਹੋਇਆ। ਨਹੀਂ ਤਾਂ ਅੱਗੇ ਕਿਸੇ ਦੇ ਨਾਲ ਕੋਈ ਚਲੇ ਜਾਂਦਾ ਸੀ, ਅਗਲਾ ਕਹਿੰਦਾ ਉਹਦੇ ਨਾਲ ਆਇਆ ਉਹਦੇ ਜਿੱਤ ਜਾਣਗੇ। ਠੀਕ ਹੈ। ਕਿਉਂਕਿ ਬਹੁਤ ਜੇ ਹੁਣ ਮੈਂ ਇਕੱਲਾ 9 ਲੈਣ ਦਾ ਮੁੱਗਾ, ਸਹੀ ਗੱਲ, ਅਤੇ ਵੱਡੀ ਗੱਲ ਹੋ ਜਾਂਦੀ ਹੈ, ਕਿਉਂਕਿ ਬਹੁਤ ਫਿਰ ਮੈਨੂੰ ਇਹ ਸਾਰੇ ਤਕਰੀਬਨ ਮੇਰੇ ਖਿਆਲ ਵੀ 17-18 ਪਿਛਲੇ 2-3 ਸਾਲਾਂ 'ਚ ਮੋਟਰਸਾਈਕਲਾਂ ਦਾ ਸਨਮਾਨ ਕੀਤੇ ਆ। ਇਹ ਵੀ ਬਹੁਤ ਵੱਡੀ ਗੱਲ ਹੈ ਮਾਨ ਸਨਮਾਨ। ਹਾਂਜੀ। ਅਤੇ ਸੋਨੇ ਦੀਆਂ ਮੁੰਦਰੀਆਂ ਵੀ ਤਕਰੀਬਨ 18-20 ਪਿਛਲੇ ਸਮੇਂ ਤੋਂ ਹੀ ਪਾਇਆ, ਅਤੇ ਆਸ਼ੀਰਵਾਦ ਵੀ ਪੰਜਾਬੀਆਂ ਦਾ ਜਿਹਦੀ ਕੋਈ ਕੀਮਤ ਨਹੀਂ, ਉਹ ਵੀ ਬਹੁਤ ਮੇਰੀਆਂ ਮਾਵਾਂ ਭੈਣਾਂ ਦਾ, ਠੀਕ ਹੈ ਜੀ, ਬੱਚਿਆਂ ਦਾ, ਸਾਰਿਆਂ ਦਾ ਉਸ ਪਰਮਾਤਮਾ ਦੀ ਕਿਰਪਾ। ਬਹੁਤ ਧੰਨਵਾਦ ਮਾਨ ਸਨਮਾਨ ਦੇ। ਮਾਸਟਰ ਜੀ, ਜਿਵੇਂ ਕਿ ਆਪਾਂ ਖੇਡਾਂ ਦੇਖਦੇ ਹਾਂ ਵੀ ਆਮ ਤੌਰ 'ਤੇ ਕਬੱਡੀ ਦੀਆਂ ਖੇਡਾਂ 'ਤੇ ਵੀ ਦੇਖਿਆ ਵੀ ਹਰ ਇੱਕ ਜੱਫੇ 'ਤੇ, ਹਰ ਇੱਕ ਰੇਡ 'ਤੇ ਪੈਸੇ ਲੱਗੇ, ਹਰ ਇੱਕ ਜਿੱਤਾਂ 'ਤੇ ਉਹਨਾਂ 'ਤੇ ਮੋਟਰਸਾਈਕਲ ਵੀ ਰੱਖੇ ਉਹਨਾਂ ਨੇ ਹਰ ਇੱਕ ਜੱਫਿਆਂ ਦੇ ਉੱਤੇ, ਸੋ ਸ਼ਿਕਾਰੀ ਕੁੱਤਿਆਂ ਦੀਆਂ ਹਰ ਇੱਕ ਡੋਰਾਂ 'ਤੇ ਇੱਦਾਂ ਵੀ ਪੈਸੇ ਲੱਗੇ, ਸੋ ਕਦੇ ਬੈਲ ਗੱਡੀਆਂ ਦੇ ਖੇਡਾਂ 'ਤੇ ਵੀ ਇੱਦਾਂ ਦਾ ਮਾਣ ਪ੍ਰਾਪਤ ਹੋਇਆ ਜ਼ਰੂਰ, ਇਹਦੇ ਬਾਰੇ ਵੀ ਦੱਸਿਓ ਜੀ। ਇਹ ਜੁਝਾਰ ਜੀ, ਤਕਰੀਬਨ ਅੱਜ ਤੋਂ 4-5 ਸਾਲ ਪਹਿਲਾਂ, ਠੀਕ ਹੈ ਜੀ, ਅਸੀਂ ਖੇਡ ਮੇਲਾ ਨੰਗਲਾਂ ਪਿੰਡ ਕਰਾਇਆ ਸੀ। ਉੱਥੇ ਪਹਿਲੀ ਵਾਰੀ ਮੈਂ ਸ਼ਿਫਟ 'ਤੇ ਪੈਸੇ ਲਵਾਏ ਸੀ, ਤਕਰੀਬਨ 1,000, 2,000, 3,000 ਤੱਕ ਉੱਥੇ ਲੱਗਿਆ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਪਰੰਪਰਾ ਅੱਗੇ ਵੱਧਦੀ ਗਈ। ਠੀਕ ਹੈ ਜੀ। ਫਿਰ ਜਿਹੜਾ ਵੱਡਾ ਪ੍ਰੋਗਰਾਮ ਦੌਧਰ ਪਿੰਡ ਹੋਇਆ, ਵੀ ਤਾਰੇ ਹੋਣਾ ਨੇ, ਠੀਕ ਹੈ, ਧਰੂ ਹੋਣਾ ਨੇ, ਠੀਕ ਹੈ ਜੀ, ਉੱਥੋਂ ਦੀ ਨਗਰ ਪੰਚਾਇਤ ਨੇ ਬਾਬਾ ਜੀ ਦੀ ਜਗ੍ਹਾ 'ਤੇ ਮੇਲਾ ਕਰਾਇਆ। ਠੀਕ ਹੈ ਜੀ। ਉੱਥੇ 1,00,000 ਰੁਪਈਆ
इनाम तो जुदा समा टुटन ते सी भी आ शिप का जे कोई समा घट लाऊगा इनाम मोटरसाइकिल सीगे ठीक है भी एक लख रुपया उत्थे एक स्पैशल नाम भी आ शिप चो जे कोई घट समा लाऊ उनू ठीक है इस तरह फिर सरदार बरबीर सिंह उन्हां दे सपुत्र ने सोनी वाल बिछौड़ी ते बिंदरी बिछौड़ी ठीक है उन्हां दे पिंड डेढ़ लख रुपया एक लख 51,000 रुपया शिफ्ट ते जिवें आपां कहिंदे एक शिफ्ट ते ठीक है जे कोई उस समा उस शिफ्ट च घट लाऊगा इनाम तो जुदा इनाम तो जुदा इनाम सी मोटरसाइकिल उह तो जुदा 151,000 रुपया शिफ्ट ते लग्गिया ठीक है इसे तरह अमेरिका USA मीका धांदरा ठीक है जी उन्हां दे पिंड 5 मोटरसाइकिल सी ठीक है जी उत्थे भी तकरीबन 21,000 रुपया लग्गिया ठीक है जी इसे तरह वीर सुखे होना ने नागरे वाले ने वीर गोलू होने योद्धा वाले ने मेला नागरे होया ठीक है जी उत्थे मोटरसाइकिल शिप ते लग्गिया प्लस पैसे लगे 21,000 रुपया ठीक है एक मोटरसाइकिल ठीक है जिवें आपां कबड्डी दे जफ्फियां ते भी ये तीन कबड्डियां च जेकर इहनूं कोई जफ्फा लाउंदा सही गल है तां उहदा इन्ना नहीं उह तिन्ना वाला लै जांदा सो इह अपना हिसाब किताब सी सो घट समा जिहड़ा लाऊगा उहनूं मोटरसाइकिल दित्ता उहनूं उह शिफ्ट दे विच मान लो 4 शिफ्टां हो गईआं ਉਹਦੇ 'ਚੋਂ ਚੌਥੀ 'ਚ ਤੀਜੀ 'ਚ ਦੂਜੀ 'ਚ ਹਰੇਕ ਸ਼ਿਪ 'ਤੇ ਕੋਈ ਨਾ ਕੋਈ ਹੁਣ ਤਾਂ ਆਮ ਖੇਡ ਮੇਲਿਆਂ 'ਤੇ ਇਹ ਪਰਮਾਤਮਾ ਦੀ ਕਿਰਪਾ ਠੀਕ ਹੈ ਉਹ ਉਸੇ ਤਰ੍ਹਾਂ ਚੱਲਦਾ ਰਿਹਾ ਵਾ ਇਹ ਵੱਡੀਆਂ ਜੋ ਖੇਡਾਂ ਹਰੇਕ ਪਿੰਡ ਹੀ ਇਹ ਹੁਣ ਲੋਕਾਂ ਤੋਂ ਸ਼ਾਹ ਵਾ ਅਤੇ ਉਹਦੇ ਨਾਲ ਥੋੜ੍ਹਾ ਜਿਹਾ ਖਿੱਚ ਵੀ ਵੱਧਦੀ ਆ ਵੀ ਆਹ ਸ਼ਿਪ 'ਚੋਂ ਇਨਾਮ ਤਾਂ ਹੁੰਦਾ ਹੀ ਆ ਵੀ ਇਹਦੇ 'ਚੋਂ ਕੋਈ ਜੋ ਜਿੱਤ ਕੇ ਉਹ ਜਿੱਤ ਉਹ ਵੱਖਰੀ ਪ੍ਰਾਪਤ ਹੁੰਦੀ ਆ ਕਿਉਂਕਿ ਉਹ ਜ਼ਰੂਰੀ ਨਹੀਂ ਉਹਦੇ 'ਚ ਹੋ ਸਕਦਾ ਜਿਹਦਾ 10ਵਾਂ ਨੰਬਰ ਬਣਿਆ ਉਹ ਸ਼ਿਫਟ 'ਚੋਂ ਜਿੱਤ ਜਾਵੇ ਉਹ ਵੀ ਇਨਾਮ ਸਹੀ ਗੱਲ ਹੈ ਫਸਟ ਪੋਜੀਸ਼ਨ ਨਾਲੋਂ ਵੱਧ ਲੈ ਜਾਂਦੇ ਡੇਢ ਲੱਖ ਰੁਪਈਆ ਵੀ ਲੱਗਿਆ ਅਤੇ ਉੱਥੇ ਜੁਝਾਰ ਜੀ ਹੁਣ ਪਿਛਲੇ ਸਮੇਂ ਦੇ ਵਿੱਚ ਜਦੋਂ ਦੇਸ਼ ਵਿਦੇਸ਼ 'ਚ ਪੰਜਾਬੀ ਆਉਂਦੇ ਆ ਸ਼ਿਕਾਰੀ ਕੁੱਤਿਆਂ ਨੂੰ ਵੀ ਪ੍ਰੇਮ ਕਰਦੇ ਆ ਕਬੱਡੀ ਨੂੰ ਵੀ ਪ੍ਰੇਮ ਕਰਦੇ ਆ ਅਤੇ ਬਲਦਾਂ ਨੂੰ ਵੀ ਇੱਥੇ ਡਾਲਰ ਵੀ ਪੌਂਡ ਵੀ ਹੁਣ ਇਸ ਖੇਡ ਦੇ ਵਿੱਚ ਵੀ ਬਲਦਾਂ ਦੀ ਖੇਡ 'ਚ ਠੀਕ ਹੈ ਉਹ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਵੀ ਕੱਖਾਂ ਤੋਂ ਲੱਖਾਂ ਵਾਲੀ ਹੁਣ ਇਹ ਡਾਲਰਾਂ ਪੌਂਡਰ ਵਾਲੇ ਪੌਂਡਾਂ ਵਾਲੀ ਇਹ ਖੇਡ ਹੋ ਗਈ ਚਲੇ ਗਈ ਹਾਂਜੀ ਇਹਦੇ 'ਚ ਵੱਡਾ ਰੋਲ ਆ ਜੀ ਮੈਂ ਤਾਂ ਬਾਅਦ 'ਚ ਆਇਆ ਮੇਰੇ ਤੋਂ ਬਹੁਤ ਪਹਿਲਾਂ ਸੀ ਚਲੋ ਪਰਮਾਤਮਾ ਦੀ ਕਿਰਪਾ ਬਲਦਾਂ ਵਾਲੇ ਵੀਰਾਂ ਦਾ ਪਿਆਰ ਆ ਠੀਕ ਹੈ ਜੀ ਇਸ ਟਰੈਕ 'ਤੇ ਇਸ ਨੂੰ ਇੰਟਰਟੇਨਮੈਂਟ ਕਰਨ ਲਈ ਮੈਂ ਸਮਝਦਾ ਵੀ ਬਹੁਤ ਵੱਡਾ ਨਹੀਂ ਵੱਡੇ ਤੋਂ ਵੱਡਾ ਰੋਲ ਆ ਸਤਿਕਾਰਯੋਗ ਮਾਸਟਰ ਗੁਰਮੇਲ ਸਿੰਘ ਜੀ ਝੱਲੀਆਂ ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਦੇਖ ਕੇ ਪਰਮਾਤਮਾ ਲੰਬੀ ਉਮਰ ਕਰੇ ਕਿਉਂਕਿ ਪਰਦੇ ਦੇ ਵਿੱਚ ਰੱਖ ਕੇ 40-50 ਸਾਲ ਸੇਵਾ ਕਰਨੀ ਸਹੀ ਗੱਲ ਬਹੁਤ ਵੱਡੀ ਗੱਲ ਹੁੰਦੀ ਆ ਠੀਕ ਹੈ ਜੀ ਅਤੇ ਉਹਨਾਂ ਦਾ ਵੀ ਆਸ਼ੀਰਵਾਦ ਨਾਲ ਆ ਅਤੇ ਸਾਰੇ ਬਲਦਾਂ ਵਾਲੇ ਵੀਰਾਂ ਦਾ ਆਸ਼ੀਰਵਾਦ ਆ ਦਾਨੀ ਵੀਰ ਭੈਣ ਭਰਾਵਾਂ ਦਾ ਸਾਰਿਆਂ ਦਾ ਆਸ਼ੀਰਵਾਦ ਆ ਅਤੇ ਖੇਡ ਹੋਰ ਖੇਡ ਵਾਲੇ ਵੀਰਾਂ 'ਚ ਸਾਰਿਆਂ 'ਚ ਬਹੁਤ ਪਿਆਰ ਆ ਭਾਵਨਾ ਖੇਡਾਂ ਨੂੰ ਉੱਚਾ ਚੱਕਣ ਦੇ ਲਈ ਠੀਕ ਹੈ ਅਤੇ ਹੋਰ ਖੇਡ ਹਜੇ ਹੋਰ ਉੱਚੀ ਜਾਣੀ ਆ ਠੀਕ ਬਹੁਤ ਧੰਨਵਾਦ ਆ ਸੋ ਦਰਸ਼ਕਾਂ ਨੂੰ ਅਸੀਂ ਦੱਸਦੇ ਜਿਵੇਂ ਕਿ ਮਾਸਟਰ ਜੀ ਨੇ ਦੱਸਿਆ ਸੋ ਜਿਵੇਂ ਕਿ ਕਬੱਡੀ ਦੀ ਖੇਡ ਦੇ ਉੱਤੇ ਹਰ ਇੱਕ ਜੱਫੇ ਦੇ ਉੱਤੇ ਹਰ ਇੱਕ ਰੇਡ ਦੇ ਉੱਤੇ ਜਿਵੇਂ ਕਿ ਮੋਟਰਸਾਈਕਲ ਲੱਗਦੇ ਸੀ ਸੋ ਬਲਦਾਂ ਦੀ ਬੈਲ ਗੱਡੀਆਂ ਦੀਆਂ ਦੌੜਾਂ ਦੇ ਵਿੱਚ ਹਰ ਇੱਕ ਸ਼ਿਫਟ ਜਿਵੇਂ ਕਿ 4 ਸ਼ਿਫਟਾਂ ਹੁੰਦੀਆਂ ਰੂਲ ਦੇ ਮੁਤਾਬਕ ਸੋ ਉਸ ਤੋਂ ਜਿਹੜਾ ਘੱਟ ਸਮਾਂ ਲਾਉਂਦਾ ਸੀਗਾ ਸੋ ਮਾਸਟਰ ਜੀ ਨੇ ਦੱਸਿਆ ਵੀ ਕਿੱਥੇ ਆਪਾਂ ਕੱਖਾਂ ਤੋਂ ਲੱਖਾਂ ਦੀ ਗੱਲ ਕਰਦੇ ਸੀ ਸੋ ਪੌਂਡਾਂ ਤੱਕ ਵੀ ਇਸ ਖੇਡ ਨੂੰ ਮਾਣ ਮਿਲਿਆ ਇਸ ਬੈਲ ਗੱਡੀ ਦੇ ਦੌੜਾਂ ਨੂੰ ਸੋ ਮੋਟਰਸਾਈਕਲ ਵੀ ਪ੍ਰਾਪਤ ਹੋਏ ਸੋ ਬਹੁਤ ਬਹੁਤ ਧੰਨਵਾਦ ਆ ਸਾਰੇ ਭਰਾਵਾਂ ਦਾ ਨਾਰੀ ਵੀਰਾਂ ਦਾ ਜਿਹੜੇ ਨੇ ਇੱਥੇ ਤੱਕ ਖੇਡ ਤੋਰੀ ਹੈ ਹੁਣ ਆਪਾਂ ਦੇਖਦੇ ਹਾਂ ਨਵਾਂ ਯੂਥ ਬਹੁਤ ਇਹਨਾਂ ਖੇਡਾਂ ਵੱਲੇ ਜੁੜਿਆ ਜੀ ਬੈਲ ਗੱਡੀਆਂ ਦੇ ਬਾਰੇ ਤੁਸੀਂ ਨਵੇਂ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਇਹਦੇ ਬਾਰੇ ਜ਼ਰੂਰ ਦੱਸੋ ਜੀ ਜੁਝਾਰ ਜੀ ਹਜੇ ਮੈਂ ਮੈਸੇਜ ਤਾਂ ਕਿਸੇ ਨੂੰ ਦੇਣ ਜੋਗਾ ਹੋਇਆ ਨਹੀਂ ਪਰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਕੋਈ ਵੀ ਯੂਥ ਆ ਜੇ ਉਹਨੂੰ ਕਿਸੇ ਪਾਸੇ ਲਗਨ ਲੱਗ ਗਈ ਹਾਂਜੀ ਉਹ ਉਸੇ ਲਗਨ 'ਚ ਸ਼ੌਂਕ 'ਚ ਤਤਪਰ ਹੋ ਜਾਂਦਾ ਚਾਹੇ ਕਿਸੇ ਨੂੰ ਆਪਦੇ ਸਰੀਰ ਬਣਾਉਣ ਦੀ ਆ ਚਾਹੇ ਖੇਤੀਬਾੜੀ ਦੀ ਆ ਠੀਕ ਹੈ ਚਾਹੇ ਇਹ ਬਲਦਾਂ ਦੇ ਸ਼ੌਂਕ ਦੀ ਆ ਕਿਉਂਕਿ ਉਹਨੂੰ ਹੋਰ ਸਮਾਂ ਮਿਲਦਾ ਹੀ ਨਹੀਂ ਕਿਸੇ ਪਾਸੇ ਜਾਣ ਦਾ ਇਹ ਇਤਫਾਕ ਹੀ ਆ ਇੱਕ ਬੜਾ ਸੋਹਣਾ ਦਬਾਬੇ 'ਚ ਹੀ ਮੁੰਡਾ ਸੀ ਮੈਂ ਬਜ਼ੁਰਗਾਂ ਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਇਹ ਕਿਹੜੀ ਲਾਈਨ 'ਚ ਮੁੰਡਾ ਲਾ ਲਿਆ ਵੀ ਇਹਨੂੰ ਪੜ੍ਹ ਲੈਣ ਦਿੰਦੇ ਮੈਨੂੰ ਉਹ ਗੱਲ ਯਾਦ ਆਉਂਦੀ ਆ ਉਹ ਬਜ਼ੁਰਗ ਕਹਿੰਦਾ ਵੇਖੀ ਬਹੁਤ ਸੋਚ ਤੋਂ ਪਰੇ ਕੁਛ ਦਿੱਤਾ ਹੋਇਆ ਰੱਬ ਨੇ ਠੀਕ ਹੈ ਇਹ ਮੈਂ ਤਾਂ ਲਾਇਆ ਪੜ੍ਹਾਈ ਮੇਰੇ ਲਈ ਕੋਈ ਮੈਨੇ ਵੀ ਇਹ ਹੋਰ ਪਾਸੇ ਨਸ਼ੇ ਪੱਤਿਆਂ ਤੋਂ ਬਚ ਜਾਵੇ ਠੀਕ ਹੈ ਇਹੋ ਜਿਹੇ ਵੀ ਲੋਕ ਨੇ ਵੀ ਉਹ ਇਹ ਲਾਈਨ 'ਚ ਲਾਤਾ ਵੀ ਇੱਧਰ ਹੀ ਇਹ ਰੁੱਝਿਆ ਰਹੂਗਾ ਸਹੀ ਗੱਲ ਹੈ ਬਈ ਹਾਂ ਨਸ਼ੇ ਕਿਉਂਕਿ ਅੱਜ ਤੁਸੀਂ ਦੇਖਿਆ ਹੋ ਆ ਪਿੱਛੇ ਜੇ ਵੀ ਖੇਡਾਂ ਵੀ ਨਵਾਂ ਯੂਥ ਕਿੰਨਾ ਆ ਗਿਆ ਇਸ ਖੇਡ 'ਚ ਸਹੀ ਗੱਲ ਉਹ ਸਾਰੇ ਸ਼ੌਂਕ ਨਾਲ ਅੱਜ ਜੁਝਾਰ ਜੀ ਇਹ ਸ਼ੌਂਕ ਦੇ ਨਾਲ ਨਾਲ ਆਰਥਿਕ ਪੱਖੋਂ ਵੀ ਮਦਦ ਹੋ ਗਈ ਸਹੀ ਗੱਲ ਹੈ ਜੀ ਤੁਸੀਂ ਹੁਣ ਗੱਲ ਕਰੋਗੇ ਹਾਂਜੀ ਆਰਥਿਕ ਪੱਖੋਂ ਵੀ ਪਸ਼ੂ ਬਹੁਤ ਮਹਿੰਗੇ ਹੋ ਗਏ ਮਹਿੰਗੇ ਜਿਵੇਂ ਕਿ ਜੀ ਆਪਣੇ ਮਹਿੰਗੇ ਤੁਸੀਂ ਮਹਿੰਗਾਈ ਦੀ ਗੱਲ ਕੀਤੀ ਜੀ
आम तौर पर देखा जी भी खेडों से जाने का मौका मिले असं सुनते रहने सो बलदों की कीमत भी बहुत उत्ते चली गई इनामों के नाल नाल सो ये बारे भी जरूर दसो तो जिंदगी दे विच सब तो महंगे बलद किन्ने महंगे मुल के बलद विके ये बारे जरूर दस्यो जुझार जी तुसीं बंदियां नूं सन्मान हुंदा देखिया जरूर जी जरूर पिछे जिहे बलद का धरूं दा उदों दा सुल्तान बलद ठीक है वो तकरीबन जिन्ने नौ दिते सारे सारे बलदां नूं सारे बंदियां नूं ग्रुपां नूं मैं दिते ठीक है जी उहदा ट्रैक्टर दे नाल सन्मान होया ठीक है जी उहदी कोई कीमत नहीं हैगी सही गल है पिछे जिहे कलवीर मानका वाले ने 15 लाख का बलद सांझा कीता ठीक है जी ते हुण ही दुआबे च जगतपुर पिंड आ ठीक है जी तीजे शेरगल ट्रांसपोर्टर ने बार ठीक है जी उन्होंने हुण कल परसों ही 20 लाख रुपये का बलद सो एक बलद की कीमत 20 लाख तक चली गई जी बिच तो कीमत ही नहीं सही गल अनमोल हीरे ने अनमोल वह पैसे नाल भी नहीं मिलते कर्मा नाल ही मिलते हैं सही ये हुण कीमत तदी मैं थोनू दस रहा भी अज यह आर्थिक पक्षों भी जिमीदार का एक सोर्स जे किसी का कोई छोटा जहा भी बच्छा भाजदा ठीक वह तीन दो तीन चार लख तो शुरू हों शुरू हो जाए हाँ जी ये भी एक रुजगार का भी शौक भी हो गया ठीक है ते साधन भी हो ठीक है सो धन्यवाद करते हैं मास्टर जी थोड़ा असी बहुत बहुत साढ़े अज के मालवा टीवी टीम के जरिए साढ़े लिए टाइम दिता सो अंत में थोड़ा असी सारी अपनी टीम वालों सारे दर्शकों वालों असी थोड़ा बहुत बहुत धन्यवाद करते हैं मेरे वालों भी सतनाम जी जुझार जी थोड़ा बहुत धन्यवाद क्योंकि थोड़ा समा कीमती है कई जरा किसी कोई गलत शब्द किसी की शान के खिलाफ भी बोलिया गया हो भी माफ़ी चाहना तो परमात्मा करे इवें जिमें आशीर्वाद बनाई रखे हो आने वाले समय च भी मैं थोड़ी सेवा करता रहा वाहगुरू जी का खालसा श्री वाहगुरू जी हाँ जी दोस्तों जिमें कि जी अज आप पहुँचे सके जी गुजरवाल मास्टर जी बिक्की गरेवाल आम तौर पर तुम बिक्की गुजरवाल के नाँ तो खेडों से जानते हो सो बड़िया वधिया लगे उन्होंने गल्लां बातां कीतियां सो उन्होंने जिंदगी का अपने सफर के बारे सारिया गल्लां बातां कीतियां सो बलदां दी कीमत बारे उन्होंने दस्सिया भी इत्थे तो इत्थे तक चली गई तो बैल गड्डियां दा शौक भी दस्सिया उन्होंने भी कित्थे एक घी दे पीपां तो एक किलो घी तो खेड शुरू होकर 25 मोटरसाइकलों तक ट्रैक्टरों तक खेड चली गई सो इदां ही बहुत वधिया लग्या मास्टर जी नाल गल्लबात करके सो आस करदा तुहानूं भी इह वीडियो जरूर पसंद आई होगी जे तुहानूं वीडियो पसंद आई तो जरूर वीडियो में लाइक करो तो कमेंट जरूर जरूर करके दस्यो सो मास्टर जी के विचार तुहानू किवें लगे तो मालवा टीवी के चैनल में सबसक्राइब करो जी जरूर तो आने वाले समय के होर भी बैल दड़ाक भरावां दे नाल जरूर रूबरू करावांगे सत श्री अकाल जी।